ਸਦਾ ਰਹੀਏ ਹੱਸਦੇ ਗੁੱਸਾ ਨਾ ਕਰੀਏ, ਕਿਸੇ ਨੂੰ ਡਰਾਈਏ ਨਾ ਕਿਸੇ ਤੋਂ ਡਰੀਏ। ਸਦਾ ਰਹੀਏ ਹੱਸਦੇ ਗੁੱਸਾ ਨਾ ਕਰੀਏ, ਕਿਸੇ ਨੂੰ ਡਰਾਈਏ ਨਾ ਕਿਸੇ ਤੋਂ ਡਰੀਏ। ਆਕੜਾਂ ਜੋ ਰੱਖਦੇ ਨੇ ਰੱਖੋ ਦੂਰੀਆਂ, ਅਤੇ ਗੁਣਾਂ ਵਾਲੇ ਬੰਦਿਆਂ ਦਾ ਪਾਣੀ ਭਰੀਏ, ਗੁਣਾਂ ਵਾਲੇ ਬੰਦਿਆਂ ਦਾ ਪਾਣੀ ਭਰੀਏ। ਜੀ ਹਾਂ, ਆਕੜਾਂ ਰੱਖਣ ਵਾਲਿਆਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣ ਲਈ, ਅਤੇ ਜਿਹੜੇ ਤੁਸੀਂ ਸਾਰੇ ਹੋ ਪਿਆਰ ਕਰਨ ਵਾਲੇ ਅਤੇ ਗੁਣਾਂ ਵਾਲੇ ਹੋ ਤੁਸੀਂ ਸਾਰੇ, ਤੁਹਾਡੇ ਨਾਲ ਗੱਲਬਾਤ ਕਰਨ ਲਈ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਅਤੇ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹਦੇ ਵਿੱਚ ਆਪਾਂ ਗੱਲਾਂ ਪਤਾ ਕਰੀਦੀਆਂ ਹਮੇਸ਼ਾ ਤੋਂ 6 ਸਾਲ ਤੋਂ ਕਰਦੇ ਆ ਰਹੇ ਹਾਂ, ਅੱਜ ਵੀ ਕਰਾਂਗੇ। ਪਰ ਨਾਲ ਦੀ ਨਾਲ ਜਿਹੜੀ ਚਿੰਤਾ ਬਣੀ ਹੋਈ ਇੱਕ ਪੂਰੀ ਦੁਨੀਆ ਦੇ ਵਿੱਚ, ਉਹਦੇ ਤੋਂ ਵੀ ਬੇਮੁੱਖ ਨਹੀਂ ਹੋਇਆ ਜਾ ਸਕਦਾ। ਕੱਲ੍ਹ ਮੈਂ ਟਰੰਪ ਸਾਹਿਬ ਦੇ ਭਾਸ਼ਣ ਦੇਖ ਰਿਹਾ ਸੀ, ਤਾਂ ਉਹਨਾਂ ਦੇ ਵੀ ਫਿਊਜ਼ ਉੱਡੇ ਹੋਏ ਸੀ, ਤਾਂ ਆਮ ਤੌਰ 'ਤੇ ਉਹ ਹੌਸਲੇ ਦੇ ਵਿੱਚ ਹੁੰਦੇ ਨੇ ਬਹੁਤ। ਚਲੋ, ਪਰਮਾਤਮਾ ਭਲੀ ਕਰੇ, ਇਹੀ ਅਰਦਾਸ ਕਰ ਸਕਦੇ ਹਾਂ ਸਭ ਨੂੰ, ਪੂਰੀ ਦੁਨੀਆ ਨੂੰ ਇਸ ਕਹਿਰ ਤੋਂ ਪਰਮਾਤਮਾ ਬਚਾਵੇ। ਇਹ ਵਾਇਰਸ ਐਸਾ ਆਇਆ ਕਿ ਇਹਨੇ ਚਾਰ ਸ਼ਫੇਰ ਤਰਸਾਲੀ ਜਿਹੜੀ ਮਚਾ ਰੱਖੀ ਹੈ। ਪਰ ਅਗਰ ਅਸੀਂ ਗੱਲ ਕਰੀਏ, ਇਹ ਵਾਇਰਸ ਨੇ ਤਾਂ ਪੂਰੀ ਦੁਨੀਆ 'ਚ ਤਰਸਾਲੀ ਮਚਾ ਰੱਖੀ ਹੈ, ਪਰ ਪੰਜਾਬ ਦੇ ਵਿੱਚ ਐਸੇ ਬੜੇ ਵਾਇਰਸ ਨੇ, ਬੜੇ ਤਰ੍ਹਾਂ ਦੇ ਵਾਇਰਸ ਨੇ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕੀਤਾ ਹੋਇਆ, ਪੰਜਾਬ ਦਾ ਸੱਤਿਆਨਾਸ਼ ਕਰਨ 'ਤੇ ਤੁਲੇ ਨੇ। ਉਹ ਵਾਇਰਸ ਜਿਨ੍ਹਾਂ ਦੀ ਆਪਾਂ ਅਕਸਰ ਗੱਲ ਕਰੀ ਦੀ ਹੈ, ਬਾਬੇ ਵੀ ਆ ਜਾਂਦੇ ਉਹਨਾਂ 'ਚ, ਲੀਡਰ ਵੀ ਆ ਜਾਂਦੇ ਆ, ਅਤੇ ਉਹਨਾਂ 'ਚ ਹੋਰ ਵੀ ਬਹੁਤ ਸਾਰੇ ਲੋਕ ਆ ਜਾਂਦੇ, ਸਿਸਟਮ ਸਾਡਾ ਉੱਥੋਂ ਦਾ ਆ ਜਾਂਦਾ ਉਸ ਵਾਇਰਸ ਦੇ ਵਿੱਚ, ਜਿਹਨੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਹੋਈ ਆ। ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਲੋਕ ਵਿਸ਼ਵਾਸਾਂ ਦੀ ਗੱਲ ਹੁੰਦੀ, ਜਾਂ ਫਿਰ ਥੋੜ੍ਹੀ ਜਿਹੜੀ ਹੈ ਤਵਾ ਟਾਈਪ ਹੁੰਦਾ, ਚੁਗਲੀ ਹੁੰਦੀ ਹੈ। ਚੁਗਲੀ ਤੋਂ ਭਾਵ ਇਹ ਹੈ ਵੀ ਅੱਜ ਕੋਸ਼ਿਸ਼ ਉਹ ਗੱਲ ਕਰੀ ਦੀ ਹੈ ਵੀ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬੁਰਾਈਆਂ ਨੇ, ਸਾਡੇ ਸਮਾਜ ਦੇ ਵਿੱਚ ਐਸੇ ਤੱਥ ਨੇ ਜਿਨ੍ਹਾਂ ਦਾ ਸਮਾਜ ਨੂੰ, ਸਾਡੇ ਪੰਜਾਬੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ, ਉਹਨਾਂ ਦੀ ਗੱਲ ਕਰਿਆ ਕਰੀਏ। ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਹੋ ਨਹੀਂ ਰਿਹਾ, ਅਸੀਂ ਆਪ ਹੀ ਕਰਵਾ ਰਹੇ ਮੇਰੇ ਖਿਆਲ। ਪੰਜਾਬ ਦੀ ਗੱਲ ਕਰੀਏ, ਇਹਦੇ 'ਚ ਸਮਝ ਕੇ ਹੋਣੇ, ਮੈਂ ਖਾਸ ਤੌਰ 'ਤੇ ਬਾਬਿਆਂ ਦੀ ਗੱਲ ਕਰਦਾ ਕਿ ਬਾਬਿਆਂ ਦੇ ਮਗਰ ਆਪ ਹੀ ਅਸੀਂ ਵਹੀਰਾਂ ਕੱਤ ਕੇ ਲੱਗੇ ਹੋਏ ਹਾਂ। ਹੁਣ ਲੱਗਦਾ ਥੋੜ੍ਹਾ ਮੋੜਾ ਪਿਆ, ਪਰ ਫਿਰ ਵੀ ਅਜੇ ਵੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ। ਉਹਨਾਂ ਵਾਇਰਸਾਂ ਨੂੰ ਵੀ ਖਤਮ ਕਰਨ ਦੀ ਲੋੜ ਹੈਗੀ ਹੈ, ਪਰ ਉਸ ਤੋਂ ਪਹਿਲਾਂ ਇਹ ਦੁਆ ਕਰਦੇ ਹਾਂ ਉਸ ਸੱਚੇ ਪਰਮਾਤਮਾ ਅੱਗੇ, ਉਸ ਵਾਹਿਗੁਰੂ ਅੱਗੇ, ਜਿਸ ਵੀ ਧਰਮ ਨੂੰ ਮੰਨਦੇ ਹਾਂ ਆਪਾਂ, ਉਹਨਾਂ ਅੱਗੇ ਕਿ ਜਿਹੜਾ ਆਹ ਹੁਣ ਵਾਇਰਸ ਚੱਲ ਰਿਹਾ, ਇਹ ਤੋਂ ਥੋੜ੍ਹੀ ਠੱਲ ਪਵੇ, ਇਹਦੇ ਤੋਂ ਮੁਕਤੀ ਮਿਲੇ, ਇਹ ਵਾਇਰਸ ਖਤਮ ਹੋਵੇ, ਅਤੇ ਦੁਨੀਆ ਜਿਹੜੀ ਸਾਰੀ ਹੈ ਪਹਿਲਾਂ ਦੀ ਤਰ੍ਹਾਂ ਚੱਲਣੀ ਸ਼ੁਰੂ ਹੋ ਜਾਏ। ਹੁਣ ਚੱਲਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਵੱਲ। ਅਕਸਰ ਗੱਲਬਾਤ ਕਰੀ ਦੀ, ਮੈਨੂੰ ਕੱਲ੍ਹ ਕਿਸੇ ਦਾ ਆਇਆ ਮੈਸੇਜ ਇਹਦੇ 'ਤੇ ਫੋਨ ਦੇ ਉੱਪਰ, ਕਹਿੰਦੇ ਵੀ ਤੁਸੀਂ ਭਾਅ ਜੀ ਹੁਣ ਕਦੇ ਉਹਨਾਂ ਦੀ ਵਹਿਮਾਂ ਭਰਮਾਂ ਦੀ ਗੱਲ ਹੀ ਨਹੀਂ ਕੀਤੀ। ਤੂੰ ਮੈਂ ਕਿਹਾ ਵਹਿਮਾਂ ਭਰਮਾਂ ਦੀ ਗੱਲ ਕਰਨ ਦੀ ਕੀ ਲੋੜ ਆ, ਵਹਿਮ ਭਰਮ ਅਸੀਂ ਆਪ ਹੀ ਕਰੀ ਜਾਂਦੇ, ਉਹਨਾਂ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ। ਸੋ ਵਹਿਮ ਭਰਮ ਜਿਹੜੇ ਆ, ਜੇ ਅਗਰ ਅਸੀਂ ਗੱਲ ਕਰੀਏ, ਜਿਹੜਾ ਵਿਸ਼ਵਾਸ, ਇੱਕ ਵਿਸ਼ਵਾਸ ਨਾਂ ਦਾ ਸ਼ਬਦ ਹੈ, ਵਿਸ਼ਵਾਸ ਹੋਊਗਾ ਤਾਂ ਹੀ ਜਿਹੜਾ ਆਹ ਗਿਆਨ ਵਿਗਿਆਨ ਦੀਆਂ ਵਿੱਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ, ਉਹ ਵਿਸ਼ਵਾਸ ਕਰਕੇ ਹੀ ਹੋਈਆਂ। ਕਿਸੇ ਬੰਦੇ ਨੇ ਵਿਸ਼ਵਾਸ ਕੀਤਾ ਤਾਂ ਹੀ ਗਿਆਨ ਆਇਆ, ਵਿਗਿਆਨ ਆਇਆ। ਗੱਲ ਕਰੀਏ ਲੋਕ ਵਿਸ਼ਵਾਸਾਂ ਦੀ, ਅੱਜ ਗੱਲ ਫਿਰ ਕਰਾਂਗੇ ਇੱਕ ਵਾਰੀ ਕਾਫੀ ਅਰਸੇ ਦੇ ਬਾਅਦ। ਲੋਕ ਵਿਸ਼ਵਾਸ ਉਹ ਨੇ ਜਿਹੜੇ, ਮਤਲਬ ਕੋਈ ਚੀਜ਼ ਦਿਸਦੀ ਹੈ ਜਾਂ ਨਹੀਂ ਦਿਸਦੀ, ਅਸੀਂ ਉੱਤੇ ਵਿਸ਼ਵਾਸ ਕਰਦੇ ਹਾਂ, ਤਾਂ ਲੋਕ ਵਿਸ਼ਵਾਸ ਬਣ ਜਾਂਦੇ ਨੇ ਜਿਹੜੇ ਸਾਡੇ ਸਦੀਆਂ ਤੋਂ ਚੱਲਦੇ ਆ ਰਹੇ ਆ। ਮੈਂ ਕਹਿੰਦਾ ਪੁੱਛੋ ਨਾ, ਐਸੇ ਐਸੇ ਲੋਕ ਵਿਸ਼ਵਾਸ ਆ। ਔਰ ਕਮਾਲ ਦੀ ਗੱਲ ਇਹ ਹੈ, ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਲੋਕ ਵਿਸ਼ਵਾਸਾਂ ਨੂੰ ਅਸੀਂ ਅੱਜ ਵੀ ਫੋਲੋ ਕਰਦੇ ਹਾਂ, ਚਾਹੇ ਉਹ ਅੰਧ ਵਿਸ਼ਵਾਸ ਕਹਿ ਲਓ, ਚਾਹੇ ਵਹਿਮ ਭਰਮ ਕਹਿ ਲਓ, ਚਾਹੇ ਕੋਈ ਜੰਮਣ ਵੇਲੇ ਦੀ ਗੱਲ ਕਰ ਲਈਏ। ਜੰਮਣ ਵੇਲੇ ਵੀ ਅਸੀਂ ਵਿਸ਼ਵਾਸ ਕਰਦੇ, ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਕਰਦੇ ਹਾਂ ਜਿਹੜੀਆਂ ਬਹੁਤ ਸਮਾਂ ਪਹਿਲਾਂ ਕਰਦੇ ਸੀ, ਕਰਦੇ ਇਹ ਵਿਆਹ ਆ ਜੇ ਕੋਈ, ਵਿਆਹ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ, ਐਸੇ ਰੀਤੀ ਰਿਵਾਜ਼ ਨੇ, ਐਸੇ ਲੋਕ ਵਿਸ਼ਵਾਸ ਨੇ ਜਿਹੜੇ ਕਿ ਸ਼ਾਇਦ ਪਹਿਲਾਂ ਕਰਦੇ ਸੀਗੇ, ਉਹਨਾਂ ਦਾ ਸਾਨੂੰ ਮਤਲਬ ਨਹੀਂ ਪਤਾ, ਉਹ ਵੀ ਕਰਦੇ ਹਾਂ। ਮਰਨ ਤੋਂ ਬਾਅਦ ਜਿਹੜੇ ਹੈਗੇ ਨੇ, ਉਹ ਵੀ ਆਪਾਂ ਕਈ ਚੀਜ਼ਾਂ ਦਾ ਧਿਆਨ ਰੱਖਦੇ ਹਾਂ, ਕਈ ਚੀਜ਼ਾਂ ਦਾ ਜਿਹੜਾ ਉਹ ਬਚਾਓ ਕਰਦੇ ਹਾਂ। ਹੁਣ ਜੰਮਣ ਦੀ ਗੱਲ ਕਰੀਏ ਤਾਂ ਉਹ ਲੋਕ ਵਿਸ਼ਵਾਸ ਜਿਹੜੇ ਹੈਗੇ ਨੇ ਜੰਮਣ ਨਾਲ ਸੰਬੰਧਿਤ, ਕਰ ਲੈਂਦੇ ਅਸੀਂ ਇਸ ਕਰਕੇ, ਚਲੋ ਕੀ ਫਰਕ ਪੈਂਦਾ, ਕਰਨ 'ਚ ਕੀ ਹਰਜ ਹੈ। ਖੈਰ ਉਹ ਕਿਸੇ ਨਾ ਕਿਸੇ ਸਾਇੰਟੀਫਿਕ ਤਰੀਕੇ ਦੇ ਹਿਸਾਬ ਨਾਲ ਚੰਗੇ ਵੀ ਹੋਣਗੇ, ਪਰ ਕਈ ਵੀ ਲੋਕ ਜਿਹੜੇ, ਅੱਜ ਮੈਂ ਨਵੀਂ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਕਈ ਲੋਕ ਵਿਸ਼ਵਾਸ ਐਸੇ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੈਗੇ ਨੇ, ਉਹ ਸਾਨੂੰ ਇਉਂ ਲੱਗਦਾ ਵੀ ਸਿਰਫ ਅਸੀਂ ਉਹ ਮੰਨਦੇ ਹਾਂ। ਦੁਨੀਆ ਤਾਂ ਬਹੁਤ ਅੱਗੇ ਚੰਦ 'ਤੇ ਪਹੁੰਚ ਗਈ ਹੈ, ਜੇ ਦੁਨੀਆ ਮੰਨਦੀ ਨਹੀਂ ਉਹਨਾਂ ਲੋਕ ਵਿਸ਼ਵਾਸਾਂ ਨੂੰ,
पर ऐसे बहुत सारे लोग विश्वास साढ़े सांझे ने जिहड़े पूरे संसार दे विच लोकी मनदे ने। आ छिक आउण नूं आपां अक्सर समझदे हां वी छिक आ गई, निछ आ गई, वी इहने हुण बणदा काम जिहड़ा विगड़ जाणा, पिछों आवाज़ मारी ते इह बणदा काम जिहड़ा विगड़ जाणा। छिक दी अगर गल करिए तां छिक दा जिहड़ा लोक विश्वास हैगा वी छिक मारना कम नहीं बणदा, बंदा तुर लगे पिछों छिक मार दिंदा, तां इह पंजाब दे विच ही नहीं भारत दे विच नहीं, इह वी विश्वास जिहड़ा पूरी दुनिया दे विच मन्निया जांदा, लोकां दे गोरियां दे विच वी मन्निया जांदा वी छिक जिहड़ी आ तुरन लगे मारनी माड़ी गल आ। इस तों इलावा होर जिहड़े लोक विश्वास हैगे ने असीं पंजाब नाल संबंधित, शीशा टुटण नूं चंगा समझा जांदा, इह वी सारे इही हाल है पूरी दुनिया दे विच ने। लून डुणना जां असीं गल करिए वी जादू टूणिआं नाल बीमारियां ठीक होणा, इह काफ़ी लोक विश्वास जिहड़े हैगे ने पूरी दुनिया दे विच इह फैले होए आ। और ऐसे लोक विश्वास जिहड़े हैगे ने मैं जिहड़े अज्ज तुहाडे नाल सांझे करने चाहुंदा, कई वारी मैं वी वैसे तां पहिलां सांझे कीते ने वी छिक मारनी, पिछों आवाज़ पैणी, मंजे ते बैठ के पैर नहीं हिलाउणे, इहो जिहे लोक विश्वास बहुत सारे हुंदे सी। ते मैं अज ये जानना चाहुंदा साडे दर्शकां कोलों वी इह जिहड़े लोक विश्वास असीं बच्चे दे जम्मण दे नाल किहड़े किहड़े मन्ने जांदे सी, ते विआह दे विच किहड़े किहड़े लोक विश्वास मनदे सी, वी जिद्दां अक्सर असीं देखीदा कि जिहड़ियां लोक विश्वास, मीह अगर पैंदा है, मीह पैंदा तां परनाले थल्ले मांह दब दिंदे सी ते कहिंदे वी मीह हट जांदा सी, और इह मैं अखीं देखिआ होइआ एक दो विआहां दे मीह पैंदा कहिंदे तां हुंदा विआह दे विच जे बंदे ने घरोड़ी खाधी होवे, बंदे ने जां कुड़ी ने मुंडे ने जां कुड़ी ने घरोड़ी साडे दर्शक समझदे होणगे, पूरा सारे बच्चे नहीं समझदे होणगे, घरोड़ी उह हुंदी वैसे कोई चीज़ बनाई है थल्ले लग गई, चौल बनाए थल्ले लग गए, वो जो थल्ले लग गए बाकी तो उपरले वरताते जां कढ़ले भांडे दे विच तां थल्ले घरोड़ी बजदी, जिहड़ी घरोड़ी उह कोई बंदा जिहड़ा कहिंदा खा लवे ते उहदे विआह दे विच मीह पैंदा। सो इदां दे अनेकां लोक विश्वास होणगे, परौणा आउण नाल संबंधित बहुत सारे लोक विश्वास हैगे ने, परौणा जाण नाल संबंधित मेरे ख्याल कोई है नहीं, वी आह उपा कर लईए ते जिहड़े परौणे हुण टिके होए आ बिना बुलाए इन्ने दिनां चों उह आपां उह चले जाण, इहो जिहा शायद नहीं होणा। पर होर जिहड़े लोक विश्वास अनेकां 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 हैगे आ, बहुत देर पहलां मैं सांझी कीती सी गल असीं भूतां प्रेतां दी, तो उदों मैनूं इक बंदे दी बड़ी हैरानी होई गलबात सुण के, कहिंदे वी मैं मरूती जा रहा सी पंजाब दे विच, तड़के दी गल है, ते मैं मतलब ऊं जा रहा सीगा ते उह आ गया अगे भूत आ गया जी, भूत आ गया ते मैं कहिंदा पाठ करदा जांदा सी, मैं पाठ बंद करता ते भूत चले गया। चलो इह अपने दिमाग दा कोई वहम हो सकदा, पाठ नाल भूत दा संबंध हैगा, साडा मन जदों टिक जांदा इक पासे लग जांदा ते दूजे पासे ध्यान हट जांदा, और ये भी हो सकता कि भूत जिहड़ा पाठ तो ना आता हो। पर असी लोक विश्वासां दी गल करनी है हल्के फुलके अंदाज दे विच, भी किहड़े किहड़े लोक विश्वास आपां अज भी मनदे हां। मेरे हिसाब नाल असी गल करिए विआहां शादियां दे विच, अज भी असी बहुत सारे लोक विश्वास पुराने जिहड़े उह मनदे हां, उहनूं फॉलो करदे हां, और आटा भुड़कणा उहनूं वी कहिंदे, वी कहिंदे परौणा आउंदा आटा भुड़कणा, और बहुत सारे लोक विश्वास जिहड़े पशुआं नाल संबंधित बने हुए ने, पशुआं नाल खेती नाल संबंधित, ਇਹ ਇੱਕ ਜਿਹਦੇ ਇਹ ਵੀ ਲੋਕ ਵਿਸ਼ਵਾਸ ਆਪਣੇ ਹੈਗਾ ਕਿ ਬਲਦ ਦੀ ਧਰ ਬਲਦ ਦੇ ਸਿੰਗਾਂ ਉੱਤੇ ਧਰਤੀ ਖੜੀ ਹੈ, ਅਤੇ ਜਦੋਂ ਬਲਦ ਸਿੰਘ ਬਦਲਦਾ ਤਾਂ ਉਦੋਂ ਇਹ ਕਿਹਾ ਜਾਂਦਾ ਸੀਗਾ ਸਾਨੂੰ ਨਿੱਕੇ ਹੁੰਦੇ ਵੀ ਉਦੋਂ ਧਰਤੀ 'ਤੇ ਭੂਚਾਲ ਆਉਂਦਾ। ਸੋਚਣ ਵਾਲੀ ਗੱਲ ਇਹ ਸੀ ਵੀ ਬਲਦ ਦੇ ਸਿੰਗਾਂ 'ਤੇ ਸਾਰੀ ਧਰਤੀ ਖੜੀ ਹੈ ਅਤੇ ਬਲਦ ਕਾਹਦੇ ਉੱਪਰ ਖੜਾ ਹੈ। ਚਲੋ ਇਹ ਵੀ ਹੋ ਸਕਦਾ ਕਿਤੇ ਕਿਤੇ ਗੱਲ ਹੋਵੇ। ਚਲੋ ਅਸੀਂ ਆਪਣੇ ਮੁਲਕ ਦੀ ਗੱਲ ਛੱਡੀਏ, ਮਿਸਰ ਦੀ ਗੱਲ ਕਰੀਏ, ਮਿਸਰ ਦੇ ਵਿੱਚ ਇਹ ਲੋਕ ਵਿਸ਼ਵਾਸ ਹੈ ਵੀ ਸੂਰਜ ਤੜਕੇ ਉੱਠਦਾ, ਉੱਠ ਕੇ ਬੇੜੀ ਵਿੱਚ ਬੈਠ ਕੇ ਤਾਂ ਉਹ ਆਕਾਸ਼ 'ਤੇ ਜਾਂਦਾ ਅਤੇ ਉੱਥੋਂ ਆਪਣਾ ਸਫ਼ਰ ਤੈਅ ਕਰਕੇ ਵਾਪਸ ਆ ਜਾਂਦਾ। ਇੱਦਾਂ ਦੇ ਅਨੇਕਾਂ ਲੋਕ ਵਿਸ਼ਵਾਸ ਪੂਰੀ ਦੁਨੀਆ ਦੇ ਵਿੱਚ ਆਪਾਂ ਅਕਸਰ ਸਾਂਝੇ ਕਰਦੇ ਰਹੀਦਾ, ਪਰ ਅੱਜ ਪੰਜਾਬ ਦੇ ਲੋਕ ਵਿਸ਼ਵਾਸ ਕਿਹੜੇ ਕਿਹੜੇ ਸੀ, ਕਿਹੜੇ ਕਿਹੜੇ ਸਾਨੂੰ ਲੱਗਦਾ ਅੱਜ ਵੀ ਅਸੀਂ ਮੰਨਦੇ ਹਾਂ, ਕੀ ਹੁੰਦਾ ਸੀਗਾ ਜਦੋਂ ਸਫ਼ਰ 'ਤੇ ਜਾਣਾ ਹੋਵੇ ਕੀ ਕਰੀਦਾ ਸੀ, ਕੀ ਕਰੀਦਾ ਸੀ ਜਦੋਂ ਕੋਈ ਪ੍ਰਾਹੁਣਾ ਆਉਣਾ ਹੋਵੇ ਉਦੋਂ ਕਿਹੜੇ ਲੋਕ ਵਿਸ਼ਵਾਸ ਹੁੰਦੇ ਸੀ, ਇਹ ਤੁਹਾਡੇ ਨਾਲ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ। ਵੈਸੇ ਤਾਂ ਇਹ ਹੁੰਦਾ ਵੀ ਇਹ ਮੰਚ ਤੁਹਾਡਾ ਆਪਣਾ ਹੈ, ਆਪਣੀ ਕੋਈ ਵੀ ਦਿਲ ਦੀ ਗੱਲ, ਕੋਈ ਜਾਣਕਾਰੀ ਵੀ ਦੇਣੀ ਚਾਹੁੰਦੇ ਹੋ, ਮੰਨ ਲਓ ਤੁਹਾਡੇ ਕੋਈ ਈਵੈਂਟ ਹੈ, ਤੁਸੀਂ ਚਾਹੁੰਦੇ ਹੋ ਪੂਰੀ ਦੁਨੀਆ ਨੂੰ ਦੱਸਣਾ ਵੀ ਸਾਡੇ ਆਹ ਈਵੈਂਟ ਹੈਗੇ। ਵੈਸੇ ਤਾਂ ਹੁਣ ਰੱਬ ਮਿਹਰ ਕਰੇ ਸਾਰੀਆਂ ਈਵੈਂਟਸ ਜਿੰਨੀਆਂ ਹੈਗੀਆਂ ਵਾ ਜਾਂ ਕੋਈ ਨਗਰ ਕੀਰਤਨ ਹੈਗੇ ਨੇ ਉਹ ਫਿਲਹਾਲ ਉਹ ਟਾਲਣੇ ਪੈ ਰਹੇ ਨੇ, ਬਹੁਤ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਉਲੀਕੇ ਹੋਏ ਸੀ ਉਹ ਟਾਲਣੇ ਪੈ ਰਹੇ ਨੇ। ਪਰ ਜੇ ਕੋਈ ਈਵੈਂਟ ਹੁੰਦੀ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਸਾਂਝੀ ਕਰ ਸਕਦੇ ਹੋ ਜੀ, ਇਸ ਸ਼ੁੱਕਰਵਾਰ ਨੂੰ ਜਾਂ ਇਸ ਐਤਵਾਰ ਨੂੰ ਸਾਡੇ ਸ਼ਹਿਰ ਦੇ ਵਿੱਚ ਆਹ ਚੀਜ਼ ਹੋ ਰਹੀ ਹੈ ਵੀ ਸਾਰੇ ਜਣੇ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰੀਦੀਆਂ ਤੁਹਾਡੇ ਤੁਹਾਡੇ ਨਾਲ ਤੁਹਾਡਾ ਆਪਣਾ ਮੰਚ ਹੋਣ ਕਰਕੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ।
ब्रेक तो बाद हाजर हाँ जी थोड़े तो गलबात करने वास्ते तो दविंदर होठी साहब फोनलाइन तो है इन्ह की कविता कुविता आप सुनते होंगे सोहनी कविता होंगी है रंग बिरंगी जी कई बार बड़े नज़ारे लाँदी है तो लोग विश्वासों की नाल गल चलती है किहड़े किहड़े लोग विश्वास असी मानते सी किहड़े किहड़े अज भी हैगे ने भी जिवें छिक मारना जां होर मुंजा पुट्ठा नहीं खड़ा करते होंगे सीगे झाड़ू नहीं सी खड़ा करते शाम नूं झाड़ू नहीं लाउंदे सी जां मैनूं जिहड़े ना याद होण तुसीं याद करा सकदे हो। तो फिलहाल दविंदर होठी साहब नाल गल करदे दविंदर सति श्री अकाल बहुत बहुत स्वागत। थैंक यू भाजी सति श्री अकाल। ते ब्रह्मा भरमा दा नहीं 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 पहला एक मिनट ਪਹਿਲਾਂ ਤਾਂ ਜੁਰਮਾਨਾ ਜਿਹੜਾ ਤੁਹਾਨੂੰ ਪੈਣਾ ਉਹਦੀ ਗੱਲ ਕਰੋ। ਹਾਂਜੀ ਹਾਂਜੀ ਆਉਣ ਦਿਓ ਹਾਜ਼ਰਾਂ ਜੀ। ਅਤੇ ਜਿਹੜਾ ਇੱਕ ਤਾਂ ਤੁਸੀਂ 2 ਹਫ਼ਤੇ ਹੋ ਗਏ ਮੇਰੇ ਖਿਆਲ ਪ੍ਰੋਗਰਾਮ 'ਚ ਵੀ ਨਹੀਂ ਆਏ ਅਤੇ ਸਾਡੇ ਉਹ ਗ੍ਰੈਂਡ ਓਪਨਿੰਗ ਨਹੀਂ ਆਇਆ ਤੁਸੀਂ। ਦੇਖੋ ਭਾਅ ਜੀ ਪਹਿਲਾਂ ਤਾਂ ਉਹ ਗ੍ਰੈਂਡ ਓਪਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਬਾਕੀ ਤੁਹਾਨੂੰ ਪਤਾ ਸੀਗਾ 15 ਦਿਨ ਤੁਹਾਨੂੰ ਤਾਂ ਪਹਿਲਾਂ ਹੀ ਪਤਾ ਸੀ ਸਕੇਜੂਲ ਕਿੱਦਾਂ ਦਾ ਆਪਣਾ ਹਨਾ। ਤੇ ਬਹੁਤ ਬਹੁਤ ਮੁਬਾਰਕਾਂ ਤੇ ਉਦਣ ਵੈਸੇ ਟੀਵੀ ਤੇ ਪੂਰਾ ਵਾਚ ਕੀਤਾ ਪੂਰਾ ਦੇਖਿਆ ਤਾਂ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਤੇ ਮੈਂ ਇਸ ਵੀ ਬੜਾ ਕੀਤਾ। ਤੇ ਜੀ ਕਰਦਾ ਸੀ ਹੁਣ ਪਹੁੰਚ ਜਾਈਏ ਤੇ ਹੁਣ ਪਹੁੰਚ ਜਾਈਏ ਹਨਾ। ਚੱਲ ਹੁਣ ਐਂ ਕਰੋ ਵੀ ਵੀਰਵਾਰ ਨੂੰ ਰੂਟ ਜਿਹੜਾ ਇੱਧਰ ਦਾ ਲਾ ਲਿਆ ਤੇ ਇੱਥੇ ਬੈਠ ਕੇ ਆਪਾਂ ਝੱਟ ਪ੍ਰੋਗਰਾਮ ਕਰ ਲਿਆ ਨਾਲੇ ਗੱਲਾਂ ਬਾਤਾਂ ਕਰ ਲਈਆਂ ਨਾਲੇ ਸਾਡੇ ਦਰਸ਼ਕ ਖੁਸ਼। ਬਿਲਕੁਲ ਬਿਲਕੁਲ ਇਦਾਂ ਦਾ ਪਰਮਾਤਮਾ ਕਰੇ ਇਦਾਂ ਦਾ ਕੋਈ ਸਬੱਬ ਬਣ ਜਾਊਗਾ ਹਨਾ। ਬਹੁਤ ਸੋਹਣਾ। ਚਲੋ ਮਿਹਰਬਾਨੀ ਤੁਸੀਂ ਸਾਡੇ ਤੁਸੀਂ ਜਸ ਪੰਜਾਬੀ ਦਾ ਹਿੱਸਾ ਹੋ ਇੱਕ। ਬਿਲਕੁਲ ਬਿਲਕੁਲ ਜੀ ਥੈਂਕ ਯੂ। ਤੇ ਬਾਕੀ ਉਹ ਜਿੱਦਾਂ ਕਹਿੰਦੇ ਨੇ ਵਹਿਮ ਨਹੀਂ ਕਰਨਾ ਚਾਹੀਦਾ ਬੰਦੇ ਨੂੰ। ਤੇ ਤੁਸੀਂ ਹੁਣੇ ਹੁਣੇ ਗੱਲ ਕੀਤੀ ਕਿ ਪੁਰਾਣੇ ਸਮਿਆਂ 'ਚ ਕਿਹੜੇ ਕਿਹੜੇ ਕਰਦੇ ਸੀ ਬਾਬਾ। ਪੁਰਾਣੇ ਸਮਿਆਂ 'ਚ ਨਹੀਂ ਹੈ ਜਨਤਾ ਅੱਜ ਕੱਲ੍ਹ ਵੀ ਦੱਬੀ ਜਾਂਦੀ ਆ। ਹਾਂ ਅੱਜ ਕੱਲ੍ਹ ਵੀ ਕਾਫੀ ਅੱਜ ਕੱਲ੍ਹ ਮੈਂ ਆਪਾਂ ਦੇਖੀਏ ਵਿਆਹਾਂ ਸ਼ਾਦੀਆਂ 'ਚ ਦੇਖੀਏ ਤਾਂ ਕਾਫੀ ਰੀਤੀ ਰਿਵਾਜ ਕਹਿ ਲਓ ਚਾਹੇ ਉਹਨੂੰ ਚਾਹੇ ਵਹਿਮ ਭਰ ਕਹਿ ਲਓ ਚਾਹੇ ਕਹਿ ਲਓ ਲੋਕ ਵਿਸ਼ਵਾਸ ਅੱਜ ਵੀ ਅਸੀਂ ਕਰਦੇ ਹਾਂ ਜੀ ਜੀ। ਕਈ ਬੰਦੇ ਇੱਦਾਂ ਮੈਂ ਦੇਖੇ ਆ ਇੱਥੇ ਮੈਂ ਦੇਖਿਆ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਚੀਜ਼ਾਂ ਨੂੰ ਮੰਨਦੇ ਐਵੇਂ ਜਾਂ ਪੁਰਾਣੇ ਸਮੇਂ 'ਚ ਇੱਦਾਂ ਹੁੰਦੀ ਸੀ ਇੱਦਾਂ ਹੁੰਦੀ ਸੀ ਤੇ ਬਾਅਦ ਵਿੱਚ ਕਿਤੇ ਨਾ ਕਿਤੇ ਦੱਸ ਪੈਂਦਾ ਉਹਨਾਂ ਨੇ ਯਾਦ ਕਿਤੇ ਨਾ ਕਿਤੇ ਕੋਈ ਧਾਗਾ ਪਾਇਆ ਆ ਜਾਂ ਕੋਈ ਨਾ ਕੋਈ ਨਗ ਪਾਈ ਫਿਰਦੇ ਪਰ ਪਜੀਤਾ ਸਭ ਕੁਛ ਹੁੰਦਾ। ਹਾਂ ਚਲੋ ਦਵਿੰਦਰ ਮਾੜਾ ਜਿਹਾ ਹੋਲਡ ਰੱਖਿਓ ਮੈਂ ਤੁਹਾਡੀ ਗੱਲ ਵੱਲ ਆਊਂਗਾ। ਅੱਛਾ ਜਿਹੜੀ ਆ ਹੁਣ ਨਗ ਦੀ ਗੱਲ ਕੀਤੀ ਦਵਿੰਦਰ ਤੁਸੀਂ ਧਾਗੇ ਦੀ ਚਲੋ ਮੈਂ ਗੱਲ ਨਹੀਂ ਕਰਦਾ ਤਾਂ ਮੈਨੂੰ ਨਗ ਤਾਂ ਕੋਈ ਦੱਸਦਾ ਸੀ ਬੰਦਾ ਸਿਆਣਾ ਵੀ ਨਗ ਦਾ ਵੀ ਕੋਈ ਸਾਇੰਟੀਫਿਕ ਇਫੈਕਟ ਹੈਗਾ ਸਾਡੀ ਬਾਡੀ ਦੇ ਉੱਪਰ। ਚਲੋ ਆਪਾਂ ਜਿਹੜੇ ਲੋਕ ਵਿਸ਼ਵਾਸ ਨੇ ਜਿਹੜੇ ਅਸੀਂ ਲੋਕ ਵਿਸ਼ਵਾਸ ਅੱਜ ਵੀ ਮੰਨਦੇ ਹਾਂ ਕਿ ਛਿੱਕ ਵੱਜ ਗਈ ਅਤੇ ਜਾਂ ਛਿੱਕ ਵੱਜ ਗਈ ਜਾਂ ਦਵਿੰਦਰ ਹੋ ਜਾਂਦਾ ਵੀ ਪਿੱਛੋਂ ਆਵਾਜ਼ ਪੈ ਗਈ ਉਹ ਅੱਜ ਕਿੰਨਾ ਕੁ ਮੰਨਦੇ ਆ। ਦੇਖੋ ਜਿਹੜੇ ਮੰਨਣ ਵਾਲੇ ਅੱਜ ਵੀ ਮੰਨੀ ਜਾਂਦੇ ਆ ਕਈ ਵਾਰੀ ਉਹ ਕੁਦਰਤੀ ਏਦਾਂ ਦਾ ਸਵਾਭ ਬਣ ਜਾਂਦਾ ਕਿ ਜਿਹੜੀ ਚੀਜ਼ ਦਾ ਵਹਿਮ ਹੁੰਦਾ ਨਾ ਉਦਾਂ ਦਾ ਕੰਮ ਸੱਚੀ ਹੋ ਜਾਵੇ ਉਹ ਫਿਰ ਸਾਰੀ ਉਮਰ ਦਿਮਾਗ ਦੇ ਵਿੱਚੋਂ ਨਿਕਲਦਾ ਨਹੀਂ ਆ ਬੜਾ ਔਖਾ ਹੁੰਦਾ ਕਰਨਾ। ਤੇ ਜਿਵੇਂ ਕਿ ਇੱਕ ਬੰਦਾ ਸੀਗਾ ਉਹ ਮੈਂ ਪਹਿਲੇ ਜਰਮਨ ਰਹਿੰਦਾ ਆਇਆ ਤੇ ਮੈਂ ਉੱਥੇ ਦੀ ਗੱਲ ਦੱਸਦਾ ਉਹਦੇ ਕੋਲ ਪੇਪਰ ਪੂਪਰ ਹੈ ਨਹੀਂ ਸੀ ਉੱਥੇ ਨਾ। ਅੱਛਾ। ਤੇ ਉਹ ਸਾਈਕਲ ਤੇ ਕੰਮ ਤੋਂ ਘਰ ਨੂੰ ਜਾਂਦਾ ਹੁੰਦਾ ਸੀ ਵਿਚਾਰਾ ਰੋਜ਼ ਹੀ ਜਾਣਾ ਉਹਨੇ ਹਨਾ ਤੇ ਲਾਗੇ ਘਰ ਸੀਗਾ ਇੱਕ ਤਾਂ ਰਾਤ ਨੂੰ ਛੁੱਟੀ ਕਰਕੇ ਜਾਣ ਦਾ ਤੇ ਮੇਰੇ ਬਿੱਲੀ ਰਾਹ ਕੱਟ ਗਈ। ਅੱਛਾ। ਉਹਦੇ ਉਹਦੇ ਦਿਮਾਗ 'ਚ ਆ ਗਿਆ ਤੇ ਨਾਲ ਹੀ ਆ ਗਿਆ ਛੱਡ ਬਿੱਲੀਆਂ ਤੇ ਇੰਡੀਆ ਇੱਥੇ ਥਾਂ ਥਾਂ ਬਿੱਲੀਆਂ ਤੁਰੀਆਂ ਫਿਰਦੀਆਂ ਹਨਾ ਹੂ ਕੇਅਰ ਤੇ ਬਿੱਲੀ ਆ ਬਿੱਲੀ ਰਾਹ ਕੱਟ ਕੇ ਤੇ ਥੋੜਾ ਜਿਹਾ ਗਾਂਹ ਜਾ ਕੇ ਤੇ ਉਹਨੂੰ ਪੁਲਿਸ ਵਾਲਿਆਂ ਨੇ ਮੂਹਰੇ ਗੱਡੀ ਨੇ ਘੇਰ ਲਿਆ ਕਹਿੰਦੇ ਭਾਈ ਤੇਰੇ ਤਾਂ ਸਾਈਕਲ ਦੀ ਬੱਤੀ ਨਹੀਂ ਜਗਦੀ ਤੇਰੇ ਤਾਂ ਸਾਈਕਲ ਦੀ ਬੱਤੀ ਨਹੀਂ ਰਾਤ ਨੂੰ ਦੱਬੀ ਫਿਰਦਾ ਸੜਕ ਤੇ। ਚਲੋ ਉਹਨੂੰ ਖੈਰ ਉਹਦਾ ਉੱਥੇ ਕੀ ਬਚਾਅ ਹੋ ਗਿਆ ਉਹਦੀ ਜ਼ਿਆਦਾ ਚੈਕਿੰਗ ਨਹੀਂ ਕੀਤੀ ਉਹਨੂੰ ਕਹਿੰਦੇ ਵਿੱਚ ਗਾਂਹ ਤੋਂ ਚਲਾਉਣਾ ਤਾਂ ਬੱਤੀ ਰਾਤ ਨੂੰ ਚਲਾਉਣਾ ਤਾਂ ਬੱਤੀ ਲਾ ਕੇ ਉਹ ਕਹਿੰਦਾ ਠੀਕ ਆ ਹਨਾ ਕਹਿ ਕੇ ਭੱਜ ਗਿਆ। ਹੁਣ ਉਹਨੂੰ ਜੋ ਕੋਈ ਮਰਜ਼ੀ ਸਮਝਾਈ ਜਾਵੇ ਸਾਰੀ ਉਮਰ ਉਹਨੇ ਪੱਥਰ ਤੇ ਲੀਕ ਮਾਰ ਲਈ ਵੀ ਬਿੱਲੀ ਨੇ ਰਾਹ ਕੱਟਿਆ ਤਾਂ ਪੰਗਾ ਪੈਣਾ ਹੀ ਪੈਣਾ ਬਿੱਲੀ ਹਨਾ। ਹੁਣ ਮਤਲਬ ਇਹ ਹੋ ਸਕਦਾ ਬਿੱਲੀ ਵੀ ਸੋਚਦੀ ਹੋਵੇ ਵੀ ਕਦੇ ਪੰਜਾਬ ਦੀ ਜੇ ਗੱਲ ਕਰੀਏ ਬਿੱਲੀ ਦੇ ਮੂਹਰ ਦੀ ਕੋਈ ਬੰਦਾ ਲੰਘ ਗਿਆ ਹੋਵੇ ਤਾਂ ਬਿੱਲੀ ਜਾ ਕੇ ਦੂਜੀ ਬਿੱਲੀ ਨਾਲ ਗੱਲ ਕਰਦੀ ਹੋਵੇ ਅੱਜ ਪਤਾ ਨਹੀਂ ਮੈਂ ਕਿਹਦਾ ਟੱਪ ਕੇ ਆ ਗਈ ਬੂਹਾ ਨਾ ਦੁੱਧ ਮਿਲਿਆ ਨਾ ਚੂਹਾ ਇਹ ਵੀ ਹੋ ਸਕਦਾ ਵੀ ਬਿੱਲੀ ਵੀ ਗੱਲ ਕਰਦੀ ਹੋਵੇ ਅੱਜ ਫਲਾਨਾ ਮੱਥੇ ਲੱਗਾ ਸੀ ਪਹਿਲਾਂ ਵੀ ਮੱਥੇ ਲੱਗਾ ਸੀ ਉਦਣ ਵੀ ਮੇਰਾ ਇਹ ਦੇ ਰਿਹਾ ਸਾਰਾ ਦਿਨ। ਚਲੋ ਆਪਾਂ ਹਾਂ ਕਦੀ ਕਦੀ ਸੋਚੀਦਾ ਬਿੱਲੀਆਂ ਵੀ ਤਾਂ ਗੱਲਾਂ ਕਰਦੀਆਂ ਹੋਣਗੀਆਂ ਹਨਾ ਕਰਦੀਆਂ ਹੋਣਗੀਆਂ ਆਪਣੀ ਭਾਸ਼ਾ ਜਦ ਲੜ ਸਕਦੀਆਂ ਬਿੱਲੀਆਂ ਲੜਦੀਆਂ ਦੇਖਦੇ ਆਪਾਂ ਤਾਂ ਗੱਲਾਂ ਵੀ ਤਾਂ ਕਰਦੀਆਂ ਹੋਣਗੀਆਂ ਗਾਲੋ ਵਾਲੀ ਹੁੰਦੀਆਂ ਦੇਖਦੇ ਨਹੀਂ ਬਿੱਲੀਆਂ ਆਪਾਂ ਪਿੰਡਾਂ 'ਚ। ਬਿਲਕੁਲ ਬਿਲਕੁਲ ਉਹ ਵੀ ਵਹਿਮ ਹੀ ਆ ਜਦੋਂ ਰਾਤ ਨੂੰ ਰੋਂਦੀਆਂ ਹੋਏ 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 ਜੇ ਕੁੱਤਾ ਰੋਂਦਾ ਹੋਵੇ ਜਾਂ ਬਿੱਲੀਆਂ ਰੋਂਦੀਆਂ ਹੋਣ ਉਹ ਵੀ ਅੱਧੇ ਪਿੰਡ ਨੂੰ ਵਹਿਮ ਪੈ ਜਾਂਦਾ ਵੀ ਰਾਤੀ ਬਿੱਲੀਆਂ ਰੋਂਦੀਆਂ ਸੀ। ਨਹੀਂ ਕਈ ਵਾਰੀ ਇਹ ਦੇਖੋ ਜਦੋਂ ਕੁੱਤੇ ਇਹ ਵੀ ਮੈਂ ਤੁਹਾਡੀ ਗੱਲ ਨੂੰ ਉਹ ਜਿਹੜੀ ਪਿਛਲੀ ਗੱਲ 'ਤੇ ਆਉਣਾ ਇਹ ਵੀ ਇੱਕ ਅੱਧੀ ਵਾਰੀ ਐਂ ਹੋਇਆ ਵੀ ਰਾਤ ਨੂੰ ਕੁੱਤੇ ਰੋਂਦੇ ਸੀ ਅਤੇ ਉਹ ਸਵੇਰੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਤਾਂ ਉਹ ਉੱਤੇ ਮੋਹਰ ਲੱਗ ਗਈ ਮੋਹਰ ਲੱਗ ਗਈ। ਚਲੋ ਇੱਦਾਂ ਬਿੱਲੀਆਂ ਤਾਂ ਜਦੋਂ ਬਿੱਲੀਆਂ ਲੜਦੀਆਂ ਨਹੀਂ ਆਪਾਂ ਅੱਛਾ ਚਲੋ ਬੋਲੋ। ਹਾਂਜੀ ਹਾਂਜੀ ਅਤੇ ਉਹ ਵੀ ਇਹ ਹੁੰਦਾ ਵੀ ਕੁਛ ਨਾ ਕੁਛ ਇੱਦਾਂ ਦਾ ਮਾੜਾ ਹੀ ਹੋਣ ਵਾਲਾ ਆ ਕੋਈ। ਅੱਛਾ ਨਹੀਂ ਆਪਾਂ ਹੁਣ ਜੇ ਗੱਲ ਕਰੀਏ ਦਵਿੰਦਰ ਕਿਹੜੇ ਕਿਹੜੇ ਲੋਕ ਵਿਸ਼ਵਾਸ ਐਸੇ ਨੇ ਜਿਹਨਾਂ ਨੂੰ ਤੁਸੀਂ ਅਜੇ ਵੀ ਮੰਨਦੇ ਹੋ ਕਿ ਹਾਂ ਯਾਰ ਕਰਦੇ ਨੇ ਲੋਕ ਕਰਦੇ ਨੇ ਜਾਂ ਆਪਾਂ ਕਰਦੇ ਹਾਂ। ਭਾਜੀ ਲੋਕ ਸਾਰਾ ਕੁਛ ਹੀ ਕਰਦੇ ਆ ਸ਼ੱਕ ਦਾ ਵੀ ਕਰਦੇ ਆ
ਠੀਕ ਹੈ, ਬਿੱਲੀ ਦਾ ਤਾਂ ਕਰਦੇ ਹੀ ਕਰਦੇ ਆ। ਫਿਰ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਸੀ ਵੀ ਇੱਥੇ ਲੋਕਾਂ ਨੇ ਕੰਧਾਂ ਤੇ ਫੋਟੋਆਂ ਲਈਆਂ, ਕਿਸੇ ਨੇ ਪੌੜੀਆਂ ਤੇ, ਕਿਸੇ ਨੇ ਬੂਹੇ ਤੇ, ਵੀ ਉੱਲੂ ਮੱਥੇ ਲੱਗਾ ਚੰਗਾ ਹੁੰਦਾ, ਇੱਥੇ ਚੰਗਾ ਹੁੰਦਾ, ਆਪਣੇ ਆਪਣੇ ਬਿਲਕੁਲ ਪੁੱਠੇ ਪਾਸੇ ਨੂੰ ਚੱਲਦਾ ਹਨਾ। ਤੇ ਫਿਰ ਜਿਹੜਾ ਹੋ ਰਿਹਾ ਭੂਤਾਂ ਭਰੇਤਾਂ ਦਾ, ਇੱਥੇ ਤੁਸੀਂ ਡੈਕ ਆਪਣੇ ਸ਼ੋਅ ਵਾਸਤੇ ਤੁਸੀਂ ਕੋਈ ਵੀ ਨਗ ਪਾ ਸਕਦੇ, ਕਿਸੇ ਵੀ ਤਰ੍ਹਾਂ ਦੀਆਂ ਸਤੂਰਾਂ ਤੇ ਆਮ ਹੁੰਦੀਆਂ ਪਈਆਂ, ਜਿਹੜੀਆਂ ਮਰਜ਼ੀ ਲੈ ਲਓ, ਆਪਣੇ ਉਹਨੂੰ ਵੀ ਵਹਿਮਾਂ ਭਰਮਾਂ ਨਾ। ਫਿਰ ਜੇ ਹੋਰ ਦੇਖੀਏ ਤੇ ਕਿੱਦਾਂ ਕਹਿੰਦੇ ਵੀ ਜੁੱਤੀ ਨੂੰ ਝਾੜ ਝਾੜ ਕੇ ਪਾਉਣਗੇ, ਜੇ ਕਿਸੇ ਨੇ ਛਿੱਕ ਮਾਰਤੀ ਨਾ ਤੁਰਨ ਲੱਗਿਆ ਦੇ, ਤੇ ਉਹ ਕੀ ਕਰਦੇ ਆ, ਕਹਿਣਗੇ ਹੁਣ ਜਦ ਕੋਈ ਮਿੱਠੀ ਚੀਜ਼ ਮੂੰਹ ਨੂੰ ਲਾ ਲਓ ਜਾਂ ਜੁੱਤੀ ਝਾੜੋ ਜਾਂ ਜੁੱਤੀ ਝਾੜ ਕੇ ਪਾ ਲਓ। ਸੋ ਏਦਾਂ ਦਾ ਬਹੁਤ ਕੁਛ ਆ ਜਿਹੜਾ ਉਹ ਅੱਜ ਵੀ ਚੱਲੀ ਜਾਂਦਾ, ਦੇਖੀਦਾ ਤਾਂ ਇਹ ਯਾਦ ਆ ਕਈਆਂ ਦੇ ਕੋਲ ਜਿੱਥੇ। ਦੇਖੋ ਭਾਰਤ ਦੇ ਵਿੱਚ ਨਾਗ ਨੂੰ, ਸੱਪ ਨੂੰ ਦੇਵਤਾ ਕਹਿੰਦੇ, ਨਾਗ ਦੇਵਤਾ, ਠੀਕ ਹੈ, ਤੇ ਈਸਾਈ ਧਰਮ ਦੇ ਵਿੱਚ ਇਹਨੂੰ ਸ਼ੈਤਾਨ ਮੰਨਿਆ ਜਾਂਦਾ। ਨਿਊਜ਼ੀਲੈਂਡ ਦੇ ਵਿੱਚ ਸੱਪ ਵੈਸੇ ਹੀ ਨਹੀਂ ਵੜਨ ਦਿੱਤਾ ਜਾਂਦਾ, ਪੂਰੇ ਨਿਊਜ਼ੀਲੈਂਡ ਨਾਲ ਸੱਪ ਹੈ ਨਾ ਤੋਤਾ। ਹਾਂਜੀ, ਉੱਥੇ ਸੱਪ ਹੈ ਨਹੀਂ ਨਿਊਜ਼ੀਲੈਂਡ ਦੇ ਵਿੱਚ। ਚਲੋ ਕਵਿਤਾ ਵਾਲੇ, ਹਾਂਜੀ 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 ਬੋਲੋ। ਮੈਂ ਗੱਲ ਕਰਦਾ, ਮੈਂ ਜਿਹੜਾ, ਚਲੋ ਧਾਰਮਿਕ ਗੱਲ ਆ ਉਹ ਤੇ ਇੱਕ ਅਲੱਗ ਮੁੱਦੇ ਹੈਗੇ ਆ, ਪਰ ਜਿੱਥੇ ਆਪਣੇ ਵੀ ਦਿਖਾਇਆ ਕੁਛ ਹੋਰ ਜਾਂਦਾ, ਅਸਲ ਚ ਕੁਛ ਹੋਰ ਕੀਤਾ ਜਾਂਦਾ ਹਨਾ। ਇੱਕ ਪਾਸੇ ਆਪਾਂ ਵੀ ਗੁੱਗੇ ਦੇ ਸੱਪ ਨੂੰ ਪੂਜਿਆ ਜਾਂਦਾ, ਤੇ ਦੂਜੇ ਪਾਸੇ ਜਿੱਦਣ ਕਿਤੇ ਬਾਬਾ ਜੀ ਘਰ ਆ ਜਾਣ ਤੇ ਦੇਖ ਲਓ ਫਿਰ ਹਨਾ ਡਾਕ ਡੱਕ ਲੈਂਦੇ ਬਾਬੇ ਵਾਲੇ। ਜਿੱਦਾਂ ਹਰ ਬੰਦਾ ਸਮਝਣ ਵਾਲੀ ਚੀਜ਼ ਸਿਰਫ ਇੰਨੀ ਕਿਹਾ, ਜਿੱਦਾਂ ਹਰ ਬੰਦਾ ਸੰਤ ਨਹੀਂ ਹੁੰਦਾ ਤੇ ਹਰ ਸੱਪ ਵੀ ਗੁੱਗਾ ਨਹੀਂ ਹੁੰਦਾ ਹਨਾ। ਉਹ ਜਿਹੜੇ ਜਿਹਨੇ ਕਿਸੇ ਨੇ ਭਗਤੀ ਕੀਤੀ ਆ, ਚਾਹੇ ਉਹ ਜਾਨਵਰ ਤੇ, ਆਪਾਂ ਕਿਸੇ ਦੀਆਂ ਭਾਵਨਾਵਾਂ ਨਾਲ ਨਹੀਂ ਕਰਦੇ, ਜਿਹੜੇ ਵੀ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਜਾਂ ਕਿੱਦਾਂ, ਪੂਜਾ ਉਹਦੀ ਹੋਣੀ ਆ। ਪਰ ਜੇ ਆਪਾਂ ਹਰ ਇੱਕ ਦੇ ਪਿੱਛੇ, ਜੇ ਹੁਣ ਸੱਪ ਕਹਿ ਦੇਵੇ ਕਿਸੇ ਇੱਕ ਬੰਦੇ ਨੇ ਸੱਪ ਨੂੰ ਦੁੱਧ ਪਿਲਾਤਾ ਜਾਂ ਕਿੱਦਾਂ, ਉਦੋਂ ਕਹਿੰਦੇ ਸੱਪ ਦੁੱਧ ਪੀਂਦਾ ਨੀ ਖਿਆਰ ਹਨਾ। ਜੇ ਇੱਕ ਬੰਦੇ ਨੇ ਕਿਤੇ ਉਹਨਾਂ ਨੂੰ ਖਾਣਾ ਪਾਈ ਜਾਵੇ ਕਬੂਤਰਾਂ ਨੂੰ, ਤੇ ਉਹ ਜੇ ਹੁਣ ਕਬੂਤਰ ਕਹੀ ਜਾਣ ਸਾਰੇ ਬੰਦੇ ਸੰਤ ਹੀ ਹੁੰਦੇ ਆ, ਤੇ ਦੂਜਾ ਸ਼ਿਕਾਰੀ ਵੀ ਹੁੰਦਾ ਜਿਹੜਾ ਕਬੂਤਰ ਦੀ ਤਰੀ ਬਣਾਉਂਦਾ ਹਨਾ, ਇਹਦਾ ਗਰਮ ਬੜੀ ਹੁੰਦੀ ਆ। ਬਿਲਕੁਲ ਬਿਲਕੁਲ ਆਪਾਂ ਇਸੇ ਤਰ੍ਹਾਂ ਆ ਵੀ ਜੇ ਉਹ ਹੁਣ ਜੇ ਇੱਕ ਤਾਂ ਆਪਾਂ ਸੱਪ ਨੂੰ ਪੂਜੀਦਾ, ਉਹ ਧਰਮ ਨਾ ਨਾ ਉਹ ਵਹਿਮ ਚ ਨਾ ਚਲੋ, ਜੇ ਬਾਬਾ ਘਰ ਆ ਜਾਵੇ ਤੇ ਫਿਰ ਆਪਾਂ ਦੌੜੇ ਫਿਰੀਦਾ, ਹੁਣ ਬਾਬਾ ਜਦੋਂ ਨਿਕਲ ਜਾ ਜਾਂ ਫਿਰ ਕੁਛ ਨਾ ਕੁਛ ਕਰਨਾ ਪਊ ਹਨਾ। ਚਲੋ ਕਵਿਤਾ ਵਾਲੇ ਪਾਸੇ ਆਪਾਂ ਥੋੜਾ ਲੇਟ ਆ, ਕਵਿਤਾ ਚਲੋ ਅਸੀਂ ਵਹਿਮਾਂ ਭਰਮਾਂ ਦੀ ਛੱਡਦੇ ਆ। ਮੈਂ ਸਿੱਧੀ ਛੋਟੀ ਜਿਹੀ ਕਵਿਤਾ ਲਾਉਣਾ, ਜਸ ਪੰਜਾਬੀ ਨੂੰ ਵਧਾਈਆਂ, ਕਿਉਂਕਿ ਆਪਣੇ ਤੀਜਾ ਸਟੂਡੀਓ ਖੁੱਲ ਗਿਆ ਹਨਾ, ਤੇ ਤੀਸਰਾ ਸਟੂਡੀਓ ਹੋ ਗਿਆ ਇਹਦੀਆਂ, ਇੱਕ ਵਾਰੀ ਫਿਰ ਮੁਬਾਰਕਾਂ ਬਹੁਤ ਬਹੁਤ ਜਸ ਪੰਜਾਬੀ ਨੂੰ, ਜਸ ਪੰਜਾਬੀ ਨਾਲ ਜੁੜੇ ਹਰ ਇੱਕ ਦਰਸ਼ਕ ਨੂੰ ਹਨਾ। ਤੇ ਆਪਾਂ ਗੱਲ ਕਰਦੇ ਵੀ ਹੱਸਦੇ ਨੱਚਦੇ ਖੇਡਦੇ ਪੂਰੇ ਕਰੇ 13 ਸਾਲ, ਜਸ ਪੰਜਾਬੀ ਪਾਉਂਦਾ ਰਿਹਾ ਦੁਨੀਆਂ ਉੱਤੇ ਧਮਾਲ, ਇਹਨੂੰ ਹਰ ਵੇਲੇ ਪੰਜਾਬੀਆਂ ਦਿੱਤਾ ਮਣਾ ਮੂਹੀ ਪਿਆਰ, ਬਈ ਐਵੇਂ ਤੇ ਨੀ 13 ਫਲਾਂ ਵਿੱਚ ਬਣ ਗਏ 1 ਤੋਂ 4, ਤਾਜ਼ੀਆਂ ਖਬਰਾਂ ਹਾਫਾ ਠੱਠਾ ਤੇ ਨਵੇਂ ਪੁਰਾਣੇ ਗੀਤ, ਪੰਜਾਬੀ ਸੱਭਿਆਚਾਰ ਦੇ ਨਾਲ ਪਾ ਕੇ ਰੱਖਣ ਪ੍ਰੀਤ, ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਭਾਰਤ, ਉੱਤ ਕਾਲੀ ਸਵੇਰੇ ਜਲਵੇ ਜਗੀ ਦੇ ਕਰਦੇ ਰਹਿਣ ਸ਼ਰਾਰਤ, ਦੁਨੀਆਂ ਭਰ ਦੇ ਗੁਰਧਾਮਾਂ ਤੋਂ ਘਰ ਬੈਠਿਆ ਬਾਣੀ, ਨਾਲੇ ਦੱਸਣ ਪੰਜਾਬ ਦਾ ਕਿੰਨਾ ਗੰਦਾ ਹੋ ਗਿਆ ਪਾਣੀ, ਸੀਰੀਅਸ ਮੁੱਦਾ ਗੱਲਾਂ ਬਾਤਾਂ ਸੁਣ ਕੇ ਆਉਂਦੀਆਂ ਅਕਲਾਂ, ਉਹ ਮੂੰਹ ਲੁਕੋ ਕੇ ਜ਼ੁਲਮ ਜੋ ਕਰਦੇ ਆਉਣ ਸਾਹਮਣੇ ਸ਼ਕਲਾਂ, ਪੰਜਵਾਂ ਚੱਲੇ ਰੇਡੀਓ ਤੇ ਚੱਲਦੇ ਚੈਨਲ 4, ਹਰ ਕੋਸ਼ਿਸ਼ ਨੂੰ ਪੰਜਾਬੀਆਂ ਦਿੱਤਾ ਮਣਾ ਮੂਹੀ ਸਤਿਕਾਰ, ਚਾਰ ਚੁਫੇਰੇ ਜਸ ਪੰਜਾਬੀ ਕਰਤੀ ਬੱਲੇ ਬੱਲੇ, ਉਹ ਸਾਡੇ ਘਰ ਵੀ 24 ਘੰਟੇ ਜਸ ਪੰਜਾਬੀ ਚੱਲੇ, ਕਿੰਨਾ ਚਿੱਟਾ ਕਿੰਨੀ ਸਮੈਕ ਕਿੰਨੀ ਭੁੱਕੀ ਤੇ ਫੀਮ, ਪੰਜਾਬ 'ਚ ਅੱਜ ਕੱਲ੍ਹ ਮੁੰਡੇ ਕੁੜੀਆਂ ਕਿਹੜੀ ਦਾਰੂ ਪੀਣ, ਕਿੰਨੇ ਨੂੰ ਆ ਡਾਲਰ ਅੱਜ ਕੱਲ੍ਹ ਤੇ ਕਿੰਨੇ ਨੂੰ ਆ ਸੋਨਾ, ਵੀ ਦੁਨੀਆਂ ਉੱਤੇ ਕਿੱਥੇ ਕਿੰਨਾ ਫੈਲ ਚੁੱਕਾ ਕਰੋਨਾ, ਹਰ ਖਬਰ ਤੇ ਪੂਰੀ ਨਜ਼ਰ ਰੱਖੇ ਜਸ ਪੰਜਾਬੀ, ਉਹ ਐਵੇਂ ਤੇਰੇ ਦੁਨੀਆਂ ਉੱਤੇ ਰੱਖਦਾ ਟੋਰ ਨਵਾਬੀ, ਮੇਹਰ ਕਰੇ ਪਰਮਾਤਮਾ ਤੇ ਅੱਗੇ ਰਹਿਣ ਚੜਾਈਆਂ, ਮੇਰੇ ਵੱਲੋਂ ਜਸ ਪੰਜਾਬੀ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ। ਬਹੁਤ ਵਧੀਆ ਦਵਿੰਦਰ, ਬਹੁਤ ਵਧੀਆ ਕਵਿਤਾ ਲਿਖੀ ਤੁਸੀਂ ਜਸ ਪੰਜਾਬੀ ਦੀ, ਪਰ ਉਦਣ ਹੁੰਦੇ ਤਾਂ ਫਿਰ ਆਪਾਂ ਉਦਣ ਸੁਣਾਉਣੀ ਸੀ, ਹੁਣ ਚਲੋ ਅੱਜ ਸੁਣਾਤੀ, ਪਰ ਥੋੜ੍ਹੀ ਵਹਿਮਾਂ ਭਰਮਾਂ ਵਾਲੀ ਵੀ ਇੱਕ ਤੁਹਾਡੀ ਵਧੀਆ ਸੀ ਮੇਰੇ ਖਿਆਲ ਸੀ, ਤਾਂ ਪੁਰਾਣੀ ਵਹਿਮਾਂ ਭਰਮਾਂ ਦਾ ਕੋਈ ਨਹੀਂ ਇਲਾਜ ਮਿੱਤਰੋ, ਇਹ ਦੁਨੀਆਂ ਦਾ ਪੰਨੀ ਵੱਖਰਾ ਰਿਵਾਜ ਮਿੱਤਰੋ। ਹਾਂਜੀ ਹਾਂਜੀ, ਉਹ ਹੈਗਾ ਸਾਰਾ ਕੁਛ, ਕਈ ਤਰ੍ਹਾਂ ਦੀਆਂ ਬੜੀਆਂ ਪਈਆਂ, ਇੱਕ ਮੇਰੇ ਮੂੰਹ ਚ ਹੀ ਫਿਰਦੀ ਆ, ਮੈਂ ਉਹ ਸੁਣਾਉਣਾ ਵੀ ਸ਼ੱਕ ਆਈ ਤੇ ਬਲੈਸ਼ ਯੂ ਕਹਿੰਦਾ ਤੇ ਖੰਘ ਨੂੰ ਬਿਮਾਰੀ ਦੱਸਦੇ, ਵਹਿਮਾਂ ਭਰਮਾਂ ਦੇ ਲੋਕੀ ਕਿੱਦਾਂ ਕਿੱਦਾਂ ਫਸਦੇ, ਕਹਿੰਦਾ ਬੁੜੀ ਕਰਤਾਰੀ ਨੂੰ ਚੜ ਗਿਆ ਸਾਹ, ਕਹਿੰਦੀ ਪੈ ਗਿਆ ਸਿਆਪਾ, ਬਿੱਲੀ ਕੱਟ ਗਈ ਯਾਰ, ਆਹ ਕੰਮ ਹੁੰਦਾ ਕਿ ਨਹੀਂ ਹੁੰਦਾ, ਹੁਣ ਕੋਈ ਨੀ ਬਸਾਹ ਮੈਨੂੰ ਲੱਭ ਪੈ ਜੇ, ਬਿੱਲੀ ਮਾਰਾ ਡੰਡਾ ਉਹਦੇ ਥਾਂ। ਅੱਛਾ, ਤੇ ਹੁਣ ਬੁੜੀ ਦੀਆਂ ਗੱਲਾਂ ਲੋਕੀ ਰਹਿ ਹੱਸਦੇ, ਵਹਿਮਾਂ ਭਰਮਾਂ 'ਚ ਲੋਕੀ ਇਸ ਤਰ੍ਹਾਂ ਫਸਦੇ। ਮੈਨੂੰ ਹੁਣ ਪਤਾ ਨੀ ਤੁਹਾਡੇ ਕੋਲ ਟਾਈਮ ਕਿੰਨਾ ਕਿ, ਮੈਂ ਤਾਂ ਖੁੱਲਾ ਕੰਮ ਆ, ਮੈਂ ਤਾਂ ਇੱਕ ਦਾ ਹੋਰ ਅੰਤਰ ਵਧੀਆ। ਹਾਂਜੀ, ਕਹਿੰਦਾ ਵੀ ਅਖਬਾਰ ਵਿੱਚ ਦੇਖੀ ਇੱਕ ਬਾਬੇ ਦੀ ਮਸ਼ਹੂਰੀ, ਉਹ ਵੀ ਵਹਿਮ ਹੀ ਆ, ਅਖਬਾਰ ਵਿੱਚ ਦੇਖੀ ਇੱਕ ਬਾਬੇ ਦੀ ਮਸ਼ਹੂਰੀ, ਕਹਿੰਦਾ ਮੈਨੂੰ ਫੋਨ ਕਰੋ ਤੁਹਾਨੂੰ ਕੰਮ ਜੇ ਜ਼ਰੂਰੀ, ਕਹਿੰਦਾ ਜਦੋਂ ਪਵਾਇਆ ਉਂਗਲਾਂ 'ਚ ਮੂੰਗਾ ਫਿਰ ਕੰਮ ਦੇਖਿਓ ਹੁੰਦਾ, ਤੁਹਾਡੀਆਂ ਦੁੱਖਾਂ ਤਕਲੀਫਾਂ ਨੂੰ ਮੈਂ ਫੇਰ ਦੂੰਗਾ ਹੁੰਝਾ, ਕਹਿੰਦਾ ਤੁਹਾਡਾ ਕੱਢ ਕੇ ਮੈਂ ਭੂਤ, ਤੇਰੂ ਭੂਤ ਦੇਵਾਂ ਖੂੰਡਾ, ਕਹਿੰਦਾ ਪਾਣੀ ਵਿੱਚ ਸੰਧੂਰ ਘੋਲ ਦੇਵਾਂ ਜਿਹਦੇ ਉੱਤੇ ਡੋਲ, ਉਹਦੇ ਅੰਦਰ ਦਾ ਭੂਤ ਪੈਂਦਾ ਸਿਰ ਚੜ ਬੋਲ, ਐਵੇਂ ਤਾਂ ਨੀ ਲੇਕੀ ਮੇਰੇ ਬਾਰੇ ਗਾਹ ਤੋਂ ਗਾਹ ਦੱਸਦੇ, ਵਹਿਮਾਂ ਭਰਮਾਂ 'ਚ ਲੋਕੀ ਇਸ ਤਰ੍ਹਾਂ ਫਸਦੇ, ਇੱਦਾਂ ਫਸਦੇ। ਬਿਲਕੁਲ ਬਿਲਕੁਲ,
ਔਰ ਇਹਦੇ 'ਚ ਦਵਿੰਦਰ ਕੋਈ ਸ਼ੱਕ ਨਹੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਚਲੋ ਸਟੂਡੀਓ ਮਾਰਿਓ ਗੇੜਾ ਕਿਤੇ। ਜੀ ਥੈਂਕ ਯੂ ਭਾਅ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਲਓ ਜੀ, ਗੱਲਾਂ ਬਾਤਾਂ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ। ਦਵਿੰਦਰ ਹੋਠੀ ਦੀ ਕਵਿਤਾ ਤੁਸੀਂ ਸੁਣੀ, ਗੱਲਾਂ ਬਾਤਾਂ ਸੁਣੀਆਂ, ਵਧੀਆ ਲੱਗੀਆਂ ਮੈਨੂੰ ਤਾਂ, ਤੁਹਾਨੂੰ ਵੀ ਵਧੀਆ ਲੱਗੀਆਂ ਹੋਣਗੀਆਂ। ਅਤੇ ਬ੍ਰੇਕ ਤੋਂ ਬਾਅਦ ਫਿਰ ਹੁਣ ਤੁਹਾਡੀਆਂ ਜਿਹੜੀਆਂ ਵਧੀਆ ਵਧੀਆ ਗੱਲਾਂ ਹੈਗੀਆਂ, ਵੈਸੇ ਤਾਂ ਮੇਰਾ ਖਿਆਲ ਲੋਕ ਵਿਸ਼ਵਾਸ, ਕੋਈ ਸਾਡੇ ਬੱਚਿਆਂ ਨੂੰ ਥੋੜ੍ਹਾ ਹੋ ਸਕਦਾ ਘੱਟ ਪਤਾ ਹੋਵੇ, ਪਰ ਬੱਚਿਆਂ ਨੂੰ ਵੀ ਅਸੀਂ ਸਿਖਾਤੇ ਸੀਗੇ ਲੋਕ ਵਿਸ਼ਵਾਸ। ਉਹ ਜਿੱਦਾਂ ਲੋਕ ਗੀਤ ਦੀ ਅਸੀਂ ਗੱਲ ਕਰਦੇ, ਲੋਕ ਗੀਤ ਉਹ ਜਾਂਦਾ ਜਿਹੜਾ ਕਿ ਲੋਕਾਂ ਦਾ ਗੀਤ ਹੋਵੇ, ਲੋਕਾਂ ਦੀ ਪਸੰਦ ਹੋਵੇ। ਲੋਕ ਰੰਗ ਅਸੀਂ ਗੱਲ ਕਰੀ ਦੀ ਆ, ਲੋਕ ਕਿੱਸਿਆਂ ਦੀ ਗੱਲ ਕਰੀ ਦੀ, ਜਿਹੜੇ ਲੋਕ ਕਿੱਸੇ ਬਣੇ ਹੋਏ ਨੇ, ਅਤੇ ਲੋਕ ਵਿਸ਼ਵਾਸ ਵੀ ਉਹਨਾਂ ਦਾ ਇੱਕ ਹਿੱਸਾ ਹੈਗਾ, ਇਹ ਅਲੱਗ ਅਲੱਗ ਤਰੀਕੇ ਦੇ ਨਾਲ ਹੈਗਾ। ਔਰ ਅੱਜ ਵੀ ਅਗਰ ਅਸੀਂ ਦੇਖੀਏ ਤਾਂ ਬਹੁਤ ਸਾਰੇ ਇਲਾਜ ਜਿਹੜੇ ਬਿਮਾਰੀਆਂ ਦੇ ਹੈਗੇ ਆ, ਉਹ ਵੀ ਪੁਰਾਣੇ ਤਰੀਕਿਆਂ ਦੇ ਨਾਲ ਕੀਤੇ ਜਾਂਦੇ ਨੇ ਅਤੇ ਠੀਕ ਹੁੰਦੇ ਨੇ। ਉਹਦੇ ਪਿੱਛੇ ਲੌਜਿਕ ਲੋਕ ਵਿਸ਼ਵਾਸ ਹੈ ਜਾਂ ਕੋਈ ਸੈਂਟੀਫਿਕ ਹੈਗਾ, ਇਹ ਇੱਕ ਅਲੱਗ ਗੱਲ ਹੈਗੀ ਆ। ਤੁਸੀਂ ਵੀ ਕਾਲ ਕਰਕੇ ਆਪਣੇ ਦਿਲ ਦੀ ਗੱਲ ਜਿਹੜੀ ਲੱਖਾਂ ਪੰਜਾਬੀਆਂ ਦੇ ਨਾਲ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਗੱਲ ਚੱਲ ਰਹੀ ਹੈ ਲੋਕ ਵਿਸ਼ਵਾਸਾਂ ਦੀ, ਤਾਂ ਮੈਨੂੰ ਇੱਕ ਆਪਣੇ 'ਤੇ ਵਾਪਰੀ ਘਟਨਾ ਯਾਦ ਆ ਗਈ। ਨਿੱਕੇ ਨਿੱਕੇ ਹੁੰਦੇ ਸੀਗੇ ਅਤੇ ਮੈਂ ਮੇਰੇ ਪਾਪਾ ਜੀ ਨਾਲ ਸਾਈਕਲ 'ਤੇ ਦਰਿਆ ਪਾਰ ਕਰਕੇ, ਦਰਿਆ ਤੋਂ ਪਾਰ ਸੀ ਕੋਟ ਈਸੇਖਾਂ ਤੋਂ, ਉੱਥੇ ਚੱਲੇ ਸੀਗੇ। ਉਦੋਂ ਇਹ ਲੋਕ ਵਿਸ਼ਵਾਸ ਦਿਮਾਗ 'ਚ ਬੈਠਾ ਸੀਗਾ ਵੀ ਜੇ ਐੱਲ ਉੱਪਰ ਦੀ ਲੰਘ ਜਾਏ, ਐੱਲ ਦਾ ਪਰਛਾਵਾਂ ਬੰਦੇ ਦੇ ਉੱਪਰ ਦੀ ਲੰਘ ਜਾਏ, ਤੁਹਾਨੂੰ ਪੈਸੇ ਮਿਲਦੇ ਆ। ਦਰਿਆ ਦੇ ਵਿੱਚ ਜਦੋਂ ਗਏ ਤਾਂ ਬੇੜੀ ਦੇ ਵਿੱਚ ਸਾਈਕਲ ਰੱਖਣ ਲੱਗੇ ਤਾਂ ਐੱਲ ਉੱਪਰ ਦੀ ਲੰਘੀ ਮੇਰੇ 'ਤੇ, ਮੈਂ ਪਰਛਾਵਾਂ ਮੇਰੇ 'ਤੇ ਪਿਆ, ਮੈਂ ਖੁਸ਼ ਹੋ ਗਿਆ, ਮੈਂ ਕਿਹਾ ਅੱਜ ਪੈਸੇ ਮਿਲਣੇ ਜੀ। ਕੁਦਰਤੀ ਗੱਲ ਜਿੱਥੇ ਗਏ ਉੱਥੋਂ ਫਿਰ ਉਹਨਾਂ ਨੇ ਦੇ ਤੇ 5 ਰੁਪਈਏ 2 ਰੁਪਈਏ ਜੋ ਵੀ ਦਿੱਤੇ ਦੇ ਤੇ, ਅਤੇ ਮੈਂ ਖੁਸ਼ ਹੋ ਗਿਆ, ਵਾਕਈ ਐੱਲ ਜਿਹੜੀ ਲੰਘੀ ਸੀ ਉਹ ਕੰਮ ਕਰ ਗਈ। ਪਰ ਜਦੋਂ ਦੁਬਾਰਾ ਬੇੜੀ 'ਚ ਵਾਪਸ ਆਉਣ ਲੱਗੇ ਤਾਂ ਉਹ ਪਾਪਾ ਜੀ ਕਹਿੰਦੇ ਵੀ ਉਹ ਤੈਨੂੰ ਪੈਸੇ ਜਿਹੜੇ ਤੇਰੇ ਕੋਲ ਦਈ ਜ਼ਰਾ ਉਹ, ਅਤੇ ਮੈਂ ਦੇ ਤੇ, ਅਤੇ ਕਹਿੰਦੇ ਵੀ ਹੁਣ ਕੀ ਗੱਲ ਹੋ ਗਈ, ਐੱਲ ਵਾਪਸ ਚਲ ਗਈ ਫਿਰ ਉੱਧਰ ਨੂੰ। ਅਤੇ ਮੈਂ ਕਿਹਾ ਵੀ ਪਤਾ ਨਹੀਂ, ਪਰ ਉਹਨਾਂ ਨੇ ਬਾਅਦ ਦੇ ਵਿੱਚ ਘਰ ਆ ਕੇ ਮੈਨੂੰ ਦੇ ਦਿੱਤੇ ਸੀ। ਇਸ ਤਰ੍ਹਾਂ ਦੇ ਅਨੇਕਾਂ ਨਹੀਂ ਹਜ਼ਾਰਾਂ ਲੋਕ ਵਿਸ਼ਵਾਸ ਹੋਣਗੇ ਜਿਹੜੇ ਸਾਡੀ ਜ਼ਿੰਦਗੀ 'ਚ ਵਿਚਰਦੇ ਆ, ਅੱਜ ਵੀ ਅਸੀਂ ਵਿਚਰਦੇ। ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ, ਕਾਲਾਂ ਤੁਹਾਡੀਆਂ ਲੈਂਦੇ ਹਾਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹਾਦਰ ਸਿੰਘ ਸਿਆਟਲ ਤੋਂ ਬੋਲ ਰਹੇ ਹਾਂ ਜੀ। ਸਰਦਾਰ ਬਹਾਦਰ ਸਿੰਘ ਜੀ, ਤੁਸੀਂ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਸੀ, ਮੈਂ ਦੇਖਿਆ ਮੁੱਦਾ ਦੇ ਵਿੱਚ, ਉਦੋਂ ਟਾਈਮ ਘੱਟ ਸੀ ਅਤੇ ਪੂਰੀ ਗੱਲ ਹੋ ਨਹੀਂ ਸਕੀ। ਅੱਛਾ ਹਾਂਜੀ, ਉਹ ਇਸ ਤਰ੍ਹਾਂ ਹੈ ਕਿ 1 ਅਪ੍ਰੈਲ ਨੂੰ ਮਰਦਮਸ਼ੁਮਾਰੀ ਦੀ ਡੇਟ ਹੈ ਅਮਰੀਕਾ ਵਾਸਤੇ ਜੀ, ਬਿਲਕੁਲ। ਔਰ ਉਸ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਜੀ ਕਿ ਕਿਰਪਾ ਕਰਕੇ ਆਪਣੇ ਕਿਸੇ ਵੀ ਮੁੱਦੇ ਵਿੱਚ 15-20 ਮਿੰਟ ਇਸ ਸਬਜੈਕਟ ਵਾਸਤੇ ਜ਼ਰੂਰ ਦਿਓ ਜੀ, ਜ਼ਰੂਰ। ਤੇ ਉਸ ਤੋਂ ਬਾਅਦ ਕੁਝ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਰਿਹਾ। ਮਾੜਾ ਜਿਹਾ 1 ਮਿੰਟ ਹੋਲਡ ਰੱਖਿਓ, 1 ਮਿੰਟ ਬਹਾਦਰ ਸਿੰਘ ਜੀ ਹੋਲਡ ਰੱਖਿਓ, ਗੱਲ ਮੈਂ ਤੁਹਾਡੀ ਸੁਣ ਰਿਹਾ। ਹੈਲੋ ਹਾਂਜੀ ਬਹਾਦਰ ਸਿੰਘ ਜੀ। ਹਾਂ, ਪਿਛਲੇ ਦਿਨਾਂ ਵਿੱਚ ਮੈਂ ਇੱਕ ਕਿਸੇ ਸੈਂਟਰ ਵਿੱਚ ਕੁਝ ਬੋਲ ਰਿਹਾ ਸਾਂ ਇਸ ਸਬਜੈਕਟ ਤੇ ਜੀ, ਬਾਅਦ ਵਿੱਚ ਮੈਨੂੰ ਕੁਝ ਸੱਜਣ ਮਿਲੇ ਕਿ ਜੀ ਸਾਡੇ ਕੋਲ ਤੇ ਕੋਈ ਪੇਪਰ ਨਹੀਂ ਹੈਗੇ ਜੀ। ਆਪਾਂ ਆਪਾਂ ਬਹਾਦਰ ਸਿੰਘ ਜੀ, ਸ਼ਾਰਟ ਦੇ ਵਿੱਚ ਦੱਸੋ ਵੀ 1 ਅਪ੍ਰੈਲ ਨੂੰ ਮਰਦਮਸ਼ੁਮਾਰੀ ਹੋ ਰਹੀ ਹੈ, ਸਾਨੂੰ ਜਿਹੜੇ ਸਿੱਖਾਂ ਨੂੰ ਹਾਂਜੀ ਕੀ ਕਰਨਾ ਚਾਹੀਦਾ, ਸ਼ਾਰਟ ਦੇ ਵਿੱਚ ਦੱਸੋ। ਹਰ ਹਾਲਤ ਵਿੱਚ ਜੁਆਇਨ ਕਰਨਾ ਚਾਹੀਦਾ, ਚਾਹੇ ਉਹ ਕਿੱਥੇ ਵੀ ਹੋਣ, ਜਿੱਥੇ ਵੀ ਹੋਣ ਉਹ ਉਸ ਵਿੱਚ ਐਂਟਰੀ ਜ਼ਰੂਰ ਦੇਣ, ਚਾਹੇ ਉਹ 1 ਘੰਟੇ ਦਾ ਬੱਚਾ ਹੈ, ਚਾਹੇ ਉਹ 100 ਸਾਲ ਦਾ ਬੁੱਢਾ ਹੈ, ਚਾਹੇ ਲੀਗਲ ਹੈ ਚਾਹੇ ਇਲੀਗਲ ਹੈ, ਬਿਲਕੁਲ ਲੀਗਲ ਚਾਹੇ ਇਲੀਗਲ, ਕਿਸੇ ਕੋਲ ਪੇਪਰ ਹਨ ਜਾਂ ਨਹੀਂ। ਸਾਡੇ ਕਾਫੀ ਲੋਕ ਐਸੇ ਹਨ ਜਿਹੜੇ ਟਰੱਕਾਂ ਦੇ ਬਿਜ਼ਨਸ ਵਿੱਚ ਹਨ, ਸ਼ਾਇਦ ਉਹ ਪੇਪਰਾਂ ਤੋਂ ਬਗੈਰ ਹੀ ਹਨ, ਕੋਈ ਸ਼ੱਕ ਨਹੀਂ। ਔਰ ਇਸੇ ਤਰ੍ਹਾਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਹਨ ਪਿਛਲੇ ਕਿਤਨੇ ਸਾਲਾਂ ਤੋਂ, ਲੇਕਿਨ ਉਹ ਕਦੀ ਪਾਰਟੀਸੀਪੇਟ ਨਹੀਂ ਕਰਦੇ। ਇਸ ਕਰਕੇ ਕਿਰਪਾ ਕਰਕੇ ਪੂਰਾ ਟਾਈਮ ਦੇ ਕੇ ਇਸ ਨੂੰ ਤੁਸੀਂ ਕਿਸੇ ਵੀ ਤਰੀਕੇ ਵਿੱਚ ਐਡ ਕਰੋ, ਤਾਂ ਕਿ ਹਰ ਇੱਕ ਸਿੱਖ ਪੰਜਾਬੀ ਦਾ ਬੱਚਾ ਇਸ ਵਿੱਚ ਹਿੱਸਾ ਲੈ ਸਕੇ ਜੀ। ਬਿਲਕੁਲ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਇਹ ਜਾਣਕਾਰੀ ਬਹਾਦਰ ਸਿੰਘ ਉਹਨਾਂ ਨੇ ਦਿੱਤੀ ਹੈ, ਇਹ ਵੈਸੇ ਅਸੀਂ ਵੀ ਪਹਿਲਾਂ ਸਾਂਝੀ ਕੀਤੀ ਸੀ ਕਿ ਮਰਦਮਸ਼ੁਮਾਰੀ ਦੇ ਵਿੱਚ ਇਸ ਵਾਰ ਅਮਰੀਕਾ ਦੀ ਜੇ ਗੱਲ ਕਰੀਏ ਤਾਂ ਹਰ ਕਮਿਊਨਿਟੀ ਵਾਸਤੇ ਬੜੀ ਚੰਗੀ ਗੱਲ ਹੈ। ਇਹ ਵੀ ਅਗਰ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਿੱਖਾਂ ਨੇ ਜਾ ਕੇ ਉੱਥੇ ਇਹ ਅਪਰੂਵ ਕਰਾਇਆ ਕਿ ਜਿਹੜੀ ਮਰਦਮਸ਼ੁਮਾਰੀ ਆ ਉਹ ਅਲੱਗ ਹੋਏਗੀ। ਮੁੱਕਦੀ ਗੱਲ ਕਿ ਪੰਜਾਬੀ ਦੀ ਅਗਰ ਅਸੀਂ ਗੱਲ ਕਰੀਏ, ਉਹਦੇ ਸਿੱਖ ਵੀ ਆ ਕੇ ਸਾਰੇ ਆ ਗਏ, ਪੰਜਾਬੀ ਦੀ ਮਰਦਮਸ਼ੁਮਾਰੀ ਹੋਏਗੀ ਔਰ ਜਿੰਨੇ ਨਾਮ ਅਸੀਂ ਦਰਜ ਕਰਾ ਦੇਵਾਂਗੇ ਉਨੀ ਸਾਡੀ ਗਿਣਤੀ ਪੂਰੇ ਅੰਕੜੇ ਜਿਹੜੇ ਆ ਉਹਨਾਂ ਦੇ ਵਿੱਚ ਆ ਜਾਊਗੀ। ਸੋ ਇਹ ਚੀਜ਼ ਬੜੀ ਵਧੀਆ, ਤੁਸੀਂ ਵੀ ਸਾਰੇ ਜਿੱਥੇ ਵੀ ਹੈਗੇ ਹੋ ਜ਼ਰੂਰ ਕੋਸ਼ਿਸ਼ ਕਰੋ 1 ਅਪ੍ਰੈਲ ਨੂੰ ਆਪਣਾ ਨਾਮ ਦਰਜ ਕਰਾਉਣ ਦੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ।
ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਰ ਗਿਆਨ ਸਿੰਘ ਜੀ। ਹਾਂਜੀ, ਉਹਦਾ ਜੱਗੀ ਦਰਅਸਲ ਗੱਲ ਇਹ ਹੈਗੀ ਆ ਜੀ, ਵੀ ਜਿਸ ਤਰ੍ਹਾਂ ਹੈ ਕਿ ਨਹੀਂ, ਅੱਜ ਕੱਲ੍ਹ ਬਾਬੇ ਆਮ ਹੋ ਗਏ, ਹਰ ਇੱਕ ਬਾਬਿਆਂ ਦਾ ਵੱਖਰਾ ਵੱਖਰਾ ਤਰੀਕਾ ਹੈਗਾ ਲੋਕਾਂ ਨੂੰ ਫਸਾਉਣ ਦਾ, ਹਨਾ, ਕਰਨ ਦਾ। ਤੇ ਇਸੇ ਤਰ੍ਹਾਂ ਆਪਾਂ ਜੇ ਮਤਲਬ ਬੁਰਾ ਨਾ ਮਨਾਵੇ, ਜਿਹੜੇ ਧਰਮ ਵੀ ਹੋਏ ਨਾ ਪਹਿਲੋਂ, ਜਿਵੇਂ ਹਿੰਦੂ ਮਤ ਕਹਿ ਲਈਏ, ਉਹ ਕਹਿੰਦੇ ਸੀ ਪਰਮਾਤਮਾ ਹੈ ਹੀ ਚੜ੍ਹਦੇ ਪਾਸੇ, ਲੈਂਦੇ ਹੈ ਹੀ ਨਹੀਂ। ਤੇ ਮੁਸਲਮਾਨ ਕਹਿੰਦੇ ਸੀ ਹੈ ਹੀ ਲੈਂਦੇ ਪਾਸੇ, ਚੜ੍ਹਦੇ ਹੈ ਹੀ ਨਹੀਂ। ਇਹ ਵੀ ਵਿਸ਼ਵਾਸ ਆਪੋ ਆਪਣੇ ਲੋਕ ਵਿਸ਼ਵਾਸ ਜਿਹੜੇ ਹੁੰਦੇ ਸੀ ਆਪਣੇ, ਹਾਂ, ਉਹ ਲੋਕ ਵਿਸ਼ਵਾਸ ਜਿਹੜੇ ਬਣੇ, ਭਰਮਾ ਜੀ ਉਹ ਬਿਲਕੁਲ। ਆਪਾਂ ਕਿਸੇ ਨੂੰ ਕਿੱਦਾਂ ਮਨਾ ਸਕਦੇ ਹਾਂ ਜਿਹੜੀ ਚੀਜ਼ ਘਰ ਘਰ ਜਾਵੇ। ਹੁਣ ਇੱਕ ਬੰਦੇ ਨਸ਼ਾ ਲੱਗ ਗਿਆ, ਉਹਨੇ ਕਹਿਣ ਨਾ ਥੋੜ੍ਹਾ ਨਸ਼ਾ ਛੱਡ ਦੇਣਾ, ਬੜਾ ਕੁਛ ਉਪਰਾਲਾ ਕਰਨਾ ਪੈਂਦਾ, ਠੀਕ ਨਹੀਂ? ਜਿਹੜੇ ਕਿਸੇ ਨੂੰ ਹੁਣ ਜਿੱਦਾਂ ਤੁਹਾਡਾ ਕਿੱਤਾ, ਤੁਸੀਂ ਹਰ ਇੱਕ ਚੀਜ਼ ਨਵੀਂ ਤੋਂ ਨਵੀਂ ਸਾਡੀ ਜਾਣਕਾਰੀ ਵਾਸਤੇ ਲਿਆਉਂਦੇ ਹਾਂ, ਤੁਹਾਡਾ ਸੁਭਾਅ ਬਣ ਗਿਆ, ਠੀਕ ਨਹੀਂ? ਇੱਦਾਂ ਹਰ ਇਨਸਾਨ ਦਾ ਸੁਭਾਅ ਜਿਹੜਾ ਬਣਿਆ ਉਹਨੂੰ ਮੋੜਨਾ ਤੇ ਮੁਸ਼ਕਿਲ ਹੈ, ਹਨਾ। ਤੇ ਇਸ ਕਰਕੇ ਅਸੀਂ ਜੇ ਕਿਸੇ ਨੂੰ ਕਹੀਏ ਉਹ ਠੀਕ ਨੀ ਗਾ, ਉਹ ਗਲਤ, ਉਹਦੇ ਵਾਸਤੇ ਠੀਕ ਹੋਊਗਾ? ਹੁਣ ਅਸੀਂ ਤਾਂ ਆਪਣੀ ਗੱਲ ਹੀ ਕਰ ਸਕਦੇ ਹਾਂ, ਵੀ ਅਸੀਂ ਕਿਸੇ ਗੱਲ ਨੂੰ ਮੰਨਦੇ ਹੀ ਨੀਗੇ। ਨਹੀਂ, ਆਪਾਂ ਸਾਡੇ, ਚਲੋ ਉਹ ਆਪਾਂ ਉਹ ਗੱਲ ਕਰ ਹੀ ਨਹੀਂ ਰਹੇ ਵੀ ਮੰਨਦੇ ਜਾਂ ਨਹੀਂ ਮੰਨਦੇ, ਆਪਾਂ ਗੱਲ ਕਰ ਰਹੇ ਵੀ ਸੀਗੇ ਕਿਹੜੇ ਕਿਹੜੇ, ਜਦੋਂ ਤੁਸੀਂ ਪਿੰਡ ਹੋਵੋਗੇ ਕਿਹੜੇ ਕਿਹੜੇ ਲੋਕ, ਜਿੰਨੇ ਮਰਜ਼ੀ ਗਿਣ ਲਓ, ਜਿੰਨੇ ਮਰਜ਼ੀ ਗਿਣ ਲਓ, ਦੋ ਚਾਰ ਤੁਸੀਂ ਗਿਣਾ ਲਓ, ਬਾਕੀ ਅੱਗੇ ਪਿੱਛੇ। ਹਾਂ, ਨਹੀਂ ਨਹੀਂ ਗਿਣਨੇ ਕੀ ਹੈ, ਨਿੱਕੀ ਨਿੱਕੀ ਗੱਲ ਤੇ ਜਿੱਦਾਂ ਨਿੱਕੀ ਨਿੱਕੀ ਗੱਲ ਤੇ, ਹੁਣ ਹਜੇ ਵੀ ਲੋਕੀ ਚੱਲੀ ਜਾਂਦੇ ਆਟਾ ਭੁੜ ਕੇ, ਤੇ ਪ੍ਰਾਹੁਣਾ ਆਉਣਾ ਆ ਕੋਠੇ ਦੇ, ਕਾਂ ਬੋਲਿਆ ਪ੍ਰਾਹੁਣਾ ਆਉਣਾ ਆ, ਤੇ ਜੇਕਰ ਦੂਸਰਾ ਕੁਛ ਕਹਿੰਦੇ ਹੁੰਦੇ ਕੁੱਤਾ ਰਾਤ ਨੂੰ ਰੋ ਪਿਆ ਤੇ ਬੰਦਾ ਮਰ ਜਾਣਾ, ਕੋਈ ਸਵੇਰੇ ਬਿੱਲੀ ਲੰਘ ਗਈ ਤੇ ਰਾਹ ਕੱਟਿਆ ਜਾਣਾ, ਇਹ ਵੀ ਸੀਗਾ। ਜੇ ਬਿੱਲੀ ਹੈ ਕਿ ਨਹੀਂ ਸੱਜੇ ਬੰਨੇ ਖੱਬੇ ਜਾਵੇ ਤੇ ਕਹਿੰਦੇ ਸੀ ਉਹ ਚੰਗੀ ਹੁੰਦੀ ਆ, ਜੇ ਖੱਬੇ ਉਹ ਸੱਜੇ ਜਾਵੇ ਤੇ ਉਹ ਮਾੜੀ, ਏਦਾਂ ਇਹ ਵੀ ਦੋ ਫਰਕ ਰੱਖੇ ਗਏ ਸੀ। ਬਿੱਲੀ ਗਲਤ ਰਾਹ ਕੱਟਣ ਲੱਗੇ ਤੇ ਉਹਨੂੰ ਪਹਿਲਾਂ ਫੜ ਕੇ ਚੱਕੋ ਤੇ ਦੂਜੇ ਪਾਸੇ ਛੱਡ ਕੇ ਆਓ, ਵੀ ਇਧਰੋਂ ਕੱਟ ਰਿਹਾ ਜੇ ਕੱਟਣਾ। ਜੱਗੀ ਤੇ ਮੈਂ ਦੱਸਾਂ ਕਿ ਕਈ ਧਰਮਾਂ 'ਚ ਮੈਂ ਇਹ ਦੇਖਿਆ ਜਦੋਂ ਨੀ ਵਿਆਹ ਸ਼ਾਦੀਆਂ ਆਉਂਦੀਆਂ, ਉਹ ਬਿੱਲੀ ਉਹਨਾਂ ਘਰਾਂ ਬਿੱਲੀਆਂ ਆਉਣ ਤਾਂ ਬਿੱਲੀਆਂ ਬੰਦ ਕਰ ਦਿੰਦੇ ਆ ਕਮਰਿਆਂ 'ਚ ਜਾਂ ਕਿਸੇ ਚੀਜ਼ ਦੇ ਵਿੱਚ, ਅੱਛਾ ਅੱਛਾ, ਤਾਂ ਕਿ ਵਿੱਚ ਆ ਕੇ ਦਖਲ ਨਾ ਦੇਵੇ, ਇਹ ਵੀ ਰਿਵਾਜ ਰਿਹਾ, ਠੀਕ ਨਹੀਂ? ਮਿਹਰਬਾਨੀ ਜੀ। ਤੇ ਜੀ ਇਸ ਤਰ੍ਹਾਂ ਕਰਕੇ ਜੱਗੀ ਹੈਗਾ, ਆਪਾਂ ਚਲੋ ਚੰਗੀ ਗੱਲ ਤੁਸੀਂ ਲਿਆਉਂਦੇ ਇਹ ਮੁੱਦਾ ਵਾਰ ਵਾਰ, ਪਰ ਕਿੱਥੇ ਛੇਤੀ ਕਿਤੇ ਨਿਕਲਣਾ ਦਾ, ਠੀਕ ਨਹੀਂ? ਇਹ ਤਾਂ ਪਰਮਾਤਮਾ ਸੁਖ ਜੀ ਬਸਿਆ ਜੀ, ਕਿਸੇ ਨੂੰ ਮਾੜਾ ਸੀ ਥੋੜ੍ਹੀ ਕਹਿੰਦੇ ਆ, ਜਿੱਥੇ ਉਹ ਲੱਗਾ ਠੀਕ ਹੀ ਆ। ਬਿਲਕੁਲ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਹੈਲੋ, ਹੈਲੋ ਜੀ। ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੱਗੀ ਵੀਰ? ਬਹੁਤ ਕਿਰਪਾ, ਤੁਸੀਂ ਸੁਣਾਓ? ਠੀਕ ਆ ਜੀ। ਤੁਸੀਂ ਕੀ ਮਤ ਰੱਖਦੇ ਅੱਜ ਕੱਲ? ਹਾਂਜੀ, ਤੁਸੀਂ ਮੈਂ ਕੀ ਵਿਸ਼ਵਾਸ ਰੱਖਦੇ ਅੱਜ ਕੱਲ? ਇਹ ਹੁਣ ਪਹਿਲਾਂ ਦੇਖੋ, ਮੈਂ ਐਵੇਂ ਝੂਠ ਬੋਲਾਂ, ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਮੈਂ ਬੜੇ ਇਹੋ ਜਿਹੇ ਊੜ ਪੂੜ ਕੀਤੇ ਨੇ, ਜਿਹੜੇ ਮਤਲਬ ਇਹੋ ਜਿਹੀ ਜਗ੍ਹਾ ਵੀ ਗਿਆ ਜਿੱਥੇ ਮਤਲਬ ਕੋਈ ਸਿਰ ਪੈਰ ਹੀ ਨਹੀਂ ਸੀ। ਪਰ ਹੁਣ ਅੱਜ ਦੀ ਗੱਲ ਕਰੀਏ ਤੇ ਅੱਜ ਮੈਂ ਸਿਰਫ ਇੱਕੋ ਇੱਕ ਜਗ੍ਹਾ ਹੀ ਵਿਸ਼ਵਾਸ ਰੱਖਦਾ। ਹੋਰ ਲੋਕ ਵਿਸ਼ਵਾਸ ਜਿਹੜੇ ਵਹਿਮ ਕਹਿ ਲੋ, ਚਾਹੇ ਲੋਕ ਵਿਸ਼ਵਾਸ ਸੀਗੇ, ਜਿਵੇਂ ਕਿ ਹੋਰ ਮੇਰੇ ਵੀ ਕਈ ਦਿਮਾਗ ਦੇ ਵਿੱਚ ਆ ਰਹੇ ਨੇ। ਹੁਣ ਏਦਾਂ ਵੀ ਵਹਿਮ ਕਿੰਨੇ ਬਣੇ, ਕਈ ਤਾਂ ਲੌਜਿਕ ਸੀ ਉਹਨਾਂ ਗੱਲਾਂ ਦੇ, ਮੰਜਾ ਨੀ ਪੁੱਠਾ ਖੜਾ ਕਰਨਾ, ਉੱਡੇ ਪੈਂਦਾ ਉੱਪਰ ਹਲਕਾ ਹੋ ਜਾਂਦਾ, ਥੱਲੇ ਭਾਰਾ ਹੋ ਜਾਂਦਾ, ਝਾੜੂ ਨੀ ਖੜਾ, ਰਾਤ ਨੂੰ ਝਾੜੂ ਨੀ ਮਾਰਨਾ, ਧੂੜ ਉੱਡੂਗੀ ਰਾਤ ਨੂੰ, ਸਵੇਰ ਨੂੰ ਤਾਂ ਫਿਰ ਝਾੜ ਪੂ ਹੋ ਜਾਂਦੀ, ਰਾਤ ਨੂੰ ਸਾਰੀ ਧੂੜ ਕੱਪੜਿਆਂ 'ਚ ਪੈਣੀ ਆ। ਵੀਰਵਾਰ ਨੂੰ ਰਾਤ ਨੂੰ ਵੀ ਨੀ ਨਹਾਉਣਾ, ਕਿਉਂਕਿ ਰਾਤ ਨੂੰ ਵਾਲ ਸੁੱਕਣੇ ਨੀ, ਦਿਨ ਨੂੰ ਸੁੱਕੇ, ਇੱਦਾਂ ਕਈਆਂ ਗੱਲਾਂ ਦੇ ਲੌਜਿਕ ਸੀ ਉਹਨਾਂ ਦੇ, ਫਿਰ ਉਹ ਬਣ ਗਏ ਆ ਦੂਏ, ਜਿੱਦਾਂ ਹੁਣ ਵਹਿਮ ਪਖੰਡ ਬਣ ਗਏ ਅੱਜ ਕੱਲ੍ਹ ਵੱਧ ਗਏ। ਹਾਂ, ਅੱਗੇ ਉਹ ਕੋਈ ਗੱਲਾਂ ਸੀਗੀਆਂ ਉਸ ਵੇਲੇ, ਜਿੱਦਾਂ ਹੁਣ ਉਹ ਕਾਣਾ ਜਿਹਾ ਨੀ ਮੰਜਾ ਜਾਂਦਾ, ਉਹਦੇ ਉੱਪਰ ਬਹਿਦਾ ਸੀ, ਉਹ ਬੜਾ ਸੋਹਣਾ 400 ਕੇ ਟਿਕ ਜਾਂਦਾ ਸੀ ਥੱਲੇ, ਕਾਣ ਪੈਂਦੀ ਸੀ ਮੰਜੇ ਤੋਂ ਇੱਕ ਪਾਸੇ। ਨਹੀਂ ਵੈਸੇ ਕੀ ਹੁੰਦਾ ਸੀ, ਇੱਕ ਪਾਸੇ ਪੈਂਦੇ ਸੀ, ਦੂਆ ਪਾਸਾ ਚੱਕਿਆ ਜਾਂਦਾ ਸੀ, ਦੂਏ ਪਾਸੇ ਉਧਰ ਲਟਕ ਜਾਂਦਾ ਜੀ, ਤੇ ਜਦੋਂ ਤੇ ਲੰਮੇ ਪੈ ਜਾਂਦੇ, ਗੱਭੇ ਪੈ ਜਾਓ, ਬੜਾ ਸੋਹਣਾ ਟਿਕ ਕੇ ਸਿੱਧਾ ਹੋ ਜਾਂਦਾ ਸੀ ਜੀ, ਕਾਣ ਪੈ ਜਾਂਦੀ ਸੀ। ਤੇ ਬਾਕੀ ਹੁਣ ਤਾਂ ਬਹੁਤ ਕੁਝ ਬਦਲ ਗਿਆ, ਕਹਿੰਦੇ ਗੱਡਿਆਂ ਤੋਂ ਕਾਰਾਂ ਤੱਕ, ਝੁੱਗੀਆਂ ਤੋਂ ਮਨਾਰਾਂ ਤੱਕ ਜੀ, ਗਲੇਲ ਤੋਂ ਮਜ਼ੈਲਾਂ ਰਾਕਟ, ਕਾਬਜ਼ ਤੋਂ ਬੁਲਟ ਪਰੂਫ ਜਾਗਟ,
ਕਬੂਤਰਾਂ ਤੋਂ ਈਮੇਲ, ਘੋੜੇ ਊਠਾਂ ਤੋਂ ਰੇਲ, ਇਨਸਾਨ ਤੋਂ ਹੈਵਾਨ, ਸਾਊ ਤੋਂ ਸ਼ੈਤਾਨ, ਨਿਮਾਣੇ ਤੋਂ ਮਾਣੇ, ਆਪਣੇ ਘਰ ਨੂੰ ਸਿਆਣੇ, ਕੀ ਕੁੱਝ ਹੋ ਗਏ ਆ, ਕਿੰਨੇ ਬਦਲ ਗਏ ਅਸੀਂ ਇਹ ਸਫ਼ਰ ਕਰਦੇ ਕਰਦੇ ਅੱਜ ਤੱਕ। ਪਰ ਇਹਨਾਂ ਭੂਤਾਂ ਵਹਿਮਾਂ ਭਰਮਾਂ ਨੇ ਖਹਿੜਾ ਨੀ ਛੱਡਿਆ ਸਾਡਾ ਅੱਜ ਤੱਕ, ਇਹਨਾਂ ਭਕੂਆਂ ਵਹਿਮਾਂ ਖਹਿੜਾ ਨੀ ਛੱਡਿਆ ਅੱਜ ਤੱਕ ਸਾਡਾ। ਮਿਹਰਬਾਨੀ ਮਿਹਰਬਾਨੀ ਜੀ। ਇਹ ਵੈਸੇ ਇਕੱਲਾ ਆਪਣੇ ਗੱਲ ਨਹੀਂ ਕਰਦੇ, ਆਪਣੀ ਜਦੋਂ ਆਪਾਂ ਪੂਰੀ ਦੁਨੀਆ ਦੀ ਗੱਲ ਕਰਦੇ, ਪੂਰੀ ਦੁਨੀਆ ਦੇ ਵਿੱਚ ਹੈਗਾ, ਉੱਥੇ ਨਿਊਯਾਰਕ ਦੀ ਗੱਲ ਕਰੀਏ ਤਾਂ ਸਵੀਟ ਹਾਲੋ ਰੋਡ ਹੈਗੀ ਉੱਥੇ, ਉੱਥੇ ਇਹ ਮੰਨਿਆ ਜਾਂਦਾ, ਮੈਂ ਗਿਆ ਤਾਂ ਨਹੀਂ, ਖੈਰ ਜਿਹੜੇ ਬੰਦੇ ਗਏ ਨੇ ਜਾਂ ਅਸੀਂ ਯੂਟਿਊਬ 'ਤੇ ਪਾਈਏ ਜਾਂ ਗੂਗਲ 'ਤੇ ਪਾਈਏ ਤਾਂ ਪਤਾ ਲੱਗਦਾ ਕਿ ਉੱਥੇ ਕਹਿੰਦੇ ਵੀ ਜਦੋਂ ਤੁਸੀਂ ਫੋਟੋ ਖਿੱਚਦੇ ਹੋ ਤਾਂ ਪਿੱਛੇ ਪਰਛਾਈ ਇੱਕ ਵਾਈਟ ਰੰਗ ਦੀ ਨਜ਼ਰ ਆਉਂਦੀ ਹੈ। ਔਰ ਇੱਧਰਲੇ ਮੁਲਕਾਂ ਦੀ ਅਗਰ ਮੈਂ ਸਮਝਦਾ ਗੱਲ ਕਰੀਏ ਬਾਹਰਲੇ ਮੁਲਕਾਂ ਦੀ, ਤਾਂ ਬਾਹਰਲੇ ਮੁਲਕਾਂ 'ਤੇ ਤਾਂ ਭੂਤ ਪ੍ਰੇਤ ਨੂੰ ਜ਼ਿਆਦਾ ਮੰਨਦੇ ਨੇ, ਉਹਨਾਂ ਨੂੰ ਦਿਨ ਹੀ ਇੱਕ ਭੂਤਾਂ ਵਾਸਤੇ ਰਾਖਵਾਂ ਰੱਖਿਆ, ਆਪਣੇ ਤਾਂ ਦਿਨ ਹੈਗੇ ਨੇ ਜੀ, ਇੱਕ ਪਤੀਆਂ ਵਾਸਤੇ ਰੱਖਿਆ, ਇੱਕ ਪਤਨੀ ਵਾਸਤੇ, ਇੱਕ ਭੈਣਾਂ ਵਾਸਤੇ, ਇੱਕ ਫਲਾਨਾ, ਇੱਕ ਮਦਰ ਡੇ ਫਾਦਰ ਡੇ ਤੱਕ ਸੀਮਤ ਹੈ। ਇਹ ਤਾਂ ਭੂਤਾਂ ਦਾ ਸਪੈਸ਼ਲ ਜਿਹੜਾ ਅਕਤੂਬਰ ਦੇ ਵਿੱਚ ਦਿਨ ਮਨਾਉਂਦੇ ਨੇ ਉਹ ਆਪਾਂ ਦੇਖਿਆ, ਹਾਲੋਵੀਨ ਡੇ ਜਿਹੜਾ ਹੁੰਦਾ। ਸੋ ਇਹ ਸਾਰਾ ਕੁਛ ਮੇਰੇ ਖਿਆਲ ਪੂਰੀ ਦੁਨੀਆ ਦੇ ਵਿੱਚ ਹੈਗਾ, ਇਹਦਾ ਕਿਸੇ ਨਾ ਕਿਤੇ ਕੀ ਕਾਰਨ ਆ। ਪਰ ਅਸੀਂ ਜਿਹੜੀ ਮੈਂ ਅੱਜ ਗੱਲ ਕੀਤੀ ਸੀ, ਸਾਡੇ ਲੋਕ ਵਿਸ਼ਵਾਸ ਜਿਹੜੇ ਆ, ਜਿਹੜੇ ਬਾਅਦ 'ਚ ਵਹਿਮਾਂ ਭਰਮਾਂ 'ਚ ਬਦਲ ਗਏ, ਉਹ ਮੈਂ ਵੈਸੇ ਹੀ ਯਾਦ ਕਰਨੇ ਚਾਹੁੰਦਾ ਸੀਗਾ ਉਹਨਾਂ ਦੇ ਕੀ ਹੁੰਦਾ ਸੀਗਾ। ਸੋ ਤੁਸੀਂ ਵੀ ਕਾਲ ਕਰਕੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੇ ਦਿਲ ਦੇ ਵਲਵਲੇ ਜਿਹੜੇ ਆ ਉਹ ਸਾਂਝੇ ਕਰਨੇ ਚਾਹੁੰਦੇ ਹੋ ਲੱਖਾਂ ਪੰਜਾਬੀਆਂ ਦੇ ਨਾਲ, ਤਾਂ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬਾਅਦ 'ਚ ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਤੁਹਾਡੇ, ਕੀ ਕਹਿਣਾ ਚਾਹੁੰਦੇ ਹੋ ਲੋਕ ਵਿਸ਼ਵਾਸਾਂ ਬਾਰੇ ਸਾਡੇ? ਹੈਲੋ, ਹਾਂਜੀ ਪੈਰੀ ਪਿੰਡ ਜੀ। ਹੈਲੋ, ਹਾਂਜੀ ਹਾਂਜੀ ਮਾਸੀ ਜੀ, ਮੈਂ ਕਹਿੰਦਾ ਜੀ ਵਹਿਮ ਭਰਮ ਜਾਂ ਲੋਕ ਵਿਸ਼ਵਾਸ ਜਿਹੜੇ ਅਸੀਂ ਕਹਿੰਦੇ ਵੀ ਛਿੱਕ ਵਜੇ ਤੋਂ ਕੀ ਕਰਦੇ ਸੀ, ਕੋਈ ਪ੍ਰਾਹੁਣਾ ਆਉਣ ਵੇਲੇ ਕੀ ਹੁੰਦਾ ਸੀ, ਹੋਰ ਕੋਈ ਪਸ਼ੂਆਂ ਨਾਲ ਸੰਬੰਧਿਤ ਹੋਵੇ, ਕਰਦੇ ਤਾਂ ਹੈਗੇ ਭਰਮ ਭਰਮ ਤਾਂ ਹੁੰਦਾ ਵੀ ਛਿੱਕ ਵਜੇ ਦੀ ਤਾਂ ਮਾੜਾ ਹੁੰਦਾ ਜੇ, ਜਿਹਨਾਂ ਨੂੰ ਆਪਾਂ ਚਲੋ ਨੀਵੀਂ ਜਾਤੀ ਉੱਚ ਜਾਤੀ ਕਿਸੇ ਨੇ, ਸਾਡੇ ਪਿੰਡ ਸੀਗੇ ਜੀ, ਸਾਡੇ ਪਿੰਡ ਸੀਗੇ ਜੀ, ਉਹ ਬੰਦੇ ਨੇ ਮੱਥੇ ਲੱਗ ਜਾਣਾ ਨਾ ਤੇ ਬਹੁਤ ਮਾੜਾ ਸਮਝਦੇ ਸੀ, ਕਈ ਮਨਹੂਸ ਕਹਿੰਦੇ ਹੁੰਦੇ ਪਿੰਡ ਦੇ ਵਿੱਚ, ਤੇ ਤੁਸੀਂ ਤੁਸੀਂ ਮੰਨਦੇ ਸੀ ਨਾ ਗੱਲਾਂ ਨੂੰ, ਛਿੱਕ ਵੱਜ ਗਈ, ਛਿੱਕ ਵੱਜ ਗਈ ਜਾਂ ਕੋਠੇ ਕਾਂ ਬੋਲਦਾ ਪ੍ਰਾਹੁਣਾ ਆਊਗਾ, ਮੰਨਦੇ ਸੀ ਬਿੱਲੀ ਰਾਹ ਕੱਟ ਗਈ, ਅੱਖ ਫਰਕਣ ਦਾ ਵੀ ਹੈਗਾ। ਚਲੋ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਜੀ, ਬਹੁਤ ਥੈਂਕ ਯੂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਪ੍ਰਾਹੁਣਾ ਜ਼ਰੂਰ ਆਉਂਦਾ ਸੀ। ਅੱਛਾ, ਹਾਂ ਇਹ ਹੁੰਦੇ ਸੀ ਮੇਰੇ ਖਿਆਲ, ਏਦਾਂ ਕੁਝ ਜੇ ਜਿੱਦਾਂ ਰਾਤ ਨੂੰ ਆਪਾਂ ਪਿੰਡਾਂ ਵਿੱਚ ਛੱਤਾਂ ਤੇ ਸੌਂਦੇ ਸੀ ਤਾਂ ਕੁੱਤਿਆਂ ਨੇ ਬੜਾ ਹੀ ਰੋਣਾ ਉੱਚੀ ਉੱਚੀ, ਉਹ ਡਰ ਲੱਗਣ ਲੱਗ ਜਾਣਾ ਪਹਿਲੇ ਰਾਤ ਨੇ, ਅੱਜ ਸਵੇਰ ਨੂੰ ਕਿਸੇ ਨੇ ਮਰ ਜਾਣਾ। ਹਾਂ ਇਹ ਹੁੰਦਾ ਸੀ, ਇਹ ਤੱਤ ਕੱਢੀ ਜਿੱਦਾਂ ਕੁੱਕੜ ਨੂੰ ਹੁਣ ਕਿੱਦਾਂ ਪਤਾ ਸਵੇਰੇ 5 ਵਜੇ ਜਾਂ 4 ਵਜੇ ਬਾਗ ਦੇਣੀ, ਆਹੋ ਕੋ ਕੋ ਘੜੀ ਲੱਗੀ ਹੁੰਦੀ ਕੋਈ, ਉਹਦੇ ਵੈਸੇ ਹੁੰਦਾ ਸੀ ਇੱਕ ਵੱਖਰੀ ਤਰ੍ਹਾਂ ਦਾ ਟਾਈਮ ਹੁੰਦਾ ਸੀ ਉਹ, ਜਿਹੜਾ ਅੱਜ ਕੱਲ ਘੱਟ ਗਿਆ। ਪਰ ਅੱਜ ਕੱਲ ਵੀ ਵਿਆਹਾਂ ਸ਼ਾਦੀਆਂ ਦੇਖੀਏ, ਜੰਮਣ ਮਰਨ ਵੇਲੇ ਦੇਖੀਏ ਕਿਸੇ ਤੇ, ਤਾਂ ਉਦੋਂ ਕਈ ਚੀਜ਼ਾਂ ਕਰਦੇ ਅਸੀਂ ਪੁਰਾਣੀਆਂ, ਹਜੇ ਬਿਮਾਰੀਆਂ ਦਾ ਇਲਾਜ ਪੁਰਾਣੇ ਤਰੀਕੇ ਨਾਲ ਕਰਦੇ ਆ। ਹਾਂ, ਕਿਉਂਕਿ ਹੁਣ ਤਾਂ ਟੈਕਨੋਲੋਜੀ ਬਹੁਤ ਆ ਗਈ, ਪੁਰਾਣੇ ਬੰਦਿਆਂ ਨੇ ਤੇ ਹਿਸਾਬ ਲਾਏ ਹੁੰਦੇ ਸੀ ਮੋਟੇ, ਜੀ ਜੀ ਅੱਜ ਇੱਦਾਂ ਆ ਤੇ ਇੱਦਾਂ ਹੋਣੀ ਤੇ ਇੱਦਾਂ ਹੋਊਗੀ, ਹੈ ਨਾ। ਮਿਹਰਬਾਨੀ ਜੀ, ਬਾਕੀ ਇਹ ਆ ਵੀ ਬਹੁਤ, ਕੱਲ ਮੈਂ ਕੱਲ ਦਾ ਤੇਰਾ ਸਵੇਰੇ ਸੁਣਿਆ ਸੀਗਾ, ਬੱਚਿਆਂ ਦਾ ਤੂੰ ਕਹਿੰਦਾ ਸੀ ਬੱਚੇ ਕਾਲਾਂ ਕਰਦੇ, ਉਹ ਤਾਂ ਬੱਚੇ ਜਿੱਦਾਂ ਮੈਂ ਤਾਂ ਅੱਜ ਤੱਕ ਨੀ ਕੋਈ ਨਿਆਣਾ ਦੇਖਿਆ ਬਰਾਬਰ ਨੀ ਹੁੰਦੀਆਂ।
ਕਈ ਜਗ੍ਹਾ ਬਿਲਕੁਲ ਇਹ ਮਾਹੌਲ ਹੈਗਾ, ਬੱਚੇ ਬਹੁਤ ਸਤਿਕਾਰ ਕਰਦੇ ਨੇ ਸਾਰੇ ਪਰਿਵਾਰ ਦਾ ਕਈ ਜਗ੍ਹਾ, ਪਰ ਕਈ ਜਗ੍ਹਾ ਜਿਹੜੇ ਬੱਚੇ ਮੇਰੇ ਖਿਆਲ ਬਚਪਨ ਤੋਂ ਹੀ ਘਰੇ ਘੱਟ ਰਹੇ ਨੇ, ਗੋਰਿਆਂ ਦੇ ਬੱਚਿਆਂ ਨਾਲ ਜ਼ਿਆਦਾ ਰਹੇ ਨੇ, ਅਤੇ ਉਹ ਕਰਦੇ ਨੇ। ਪੰਜਾਬੀਆਂ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਗਈ ਹੈ ਤਕਰੀਬਨ। ਮੈਂ ਸੱਚੀ ਸਟੋਰੀ ਕੱਲ੍ਹ ਲਿਖ ਦੱਸੀ ਸੀਗੀ। ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਵਿਆਹ ਤੋਂ ਬਾਅਦ ਨਿਆਣੇ ਬਦਲਦੇ ਆ, ਉਦੋਂ ਬਾਅਦ ਨਹੀਂ ਚੰਗਾ ਸਮਝਦੇ ਘਰਦਿਆਂ ਨੂੰ ਮੁੰਡਾ ਖਾਸ ਤੌਰ 'ਤੇ, ਪਰ ਇਹ ਉਹਨਾਂ ਦੇ ਬੱਚਿਆਂ ਦੇ ਹਜੇ ਵਿਆਹ ਨਹੀਂ ਹੋ ਜਿਹੜੀ ਮੈਂ ਗੱਲ ਕੀਤੀ। ਪਰ ਆਪਾਂ ਜਿਹੜੀ ਅੱਜ ਗੱਲ ਕਰਦੇ ਹਾਂ ਵਹਿਮ ਭਰਮ ਜਾਂ ਲੋਕ ਵਿਸ਼ਵਾਸ, ਬ੍ਰੇਕ ਤੋਂ ਬਾਅਦ ਵੀ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਬਹੁਤ ਥੋੜ੍ਹਾ ਸਮਾਂ ਫਟਾਫਟ ਇੱਕ ਅੱਧੀ ਕਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਕੀ ਵਿਚਾਰ ਨੇ ਤੁਹਾਡੇ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੰਦਰਜੀਤ ਸਿੰਘ ਥਿੰਦ ਬੋਲ ਰਿਹਾ ਜੀ। ਜੀ ਥਿੰਦ ਸਾਹਿਬ, ਕੀ ਕਹਿਣਾ ਚਾਹੁੰਦੇ? ਬਹੁਤ ਥੋੜ੍ਹਾ ਸਮਾਂ ਆਪਣੇ ਕੋਲ, ਇੱਕ ਮਿੰਟ ਤੋਂ ਵੀ ਘੱਟ, ਕੀ ਕਹਿਣਾ ਚਾਹੁੰਦੇ? ਮੈਂ ਬਹੁਤ ਸ਼ੋਰਟ ਤੇ ਖਤਮ ਕਰਾਂ ਜੀ। ਥਿੰਦ ਸਾਹਿਬ, ਤੇਰੀ ਸਿੱਖ ਤੇਰੀ ਕਿਸੀ ਕਹਿੰਦੇ ਨਾ, ਗੋਡ ਬਲੈਸ ਯੂ ਵਾਹਿਗੁਰੂ, ਹਾਂਜੀ, ਉਹ ਤਾਂ ਸਾਇੰਟਿਫਿਕ ਰੀਜ਼ਨ ਹੈ। ਅੱਛਾ ਜੀ। ਜਿਸ ਲਈ ਬੰਦਾ ਸ਼ਿੱਕ ਮਾਰਦਾ ਨਾ, ਉਹਦੇ ਸਾਰੇ ਸਰੀਰ ਦੇ ਅੰਗ ਫ੍ਰੈਕਸ਼ਨ ਆਫ ਸੈਕਿੰਡ ਵਾਸਤੇ ਕੰਮ ਕਰਨਾ ਬੰਦ ਕਰ ਦਿੰਦੇ। ਬਿਲਕੁਲ, ਹਾਂਜੀ, ਇੱਕ ਫ੍ਰੈਕਸ਼ਨ ਆਫ ਸੈਕਿੰਡ ਵਾਸਤੇ ਸਰੀਰ ਦਾ ਕੋਈ ਵੀ ਅੰਗ ਉਸ ਲਈ ਕੰਮ ਨਹੀਂ ਕਰਦਾ ਜੀ। ਇਸ ਕਰਕੇ ਜਿਹੜਾ ਬੰਦਾ ਲਾਗੇ ਬੈਠ ਕਹਿੰਦਾ, ਗੋਡ ਬਲੈਸ ਯੂ, ਤੇਰੇ ਅੰਗ ਸਾਰੇ ਫਿਰ ਚੱਲਣ ਲੱਗ ਪਏ। ਬਿਲਕੁਲ, ਅੱਖਾਂ ਵੀ ਮੀਟੀਆਂ ਜਾਂਦੀਆਂ, ਛਿੱਕ ਭਾਵੇਂ ਛੋਟੀ ਹੋਵੇ ਵੱਡੀ, ਅੱਖਾਂ ਮੀਟੀਆਂ ਜਾਂਦੀਆਂ ਇੱਕ ਸਕਿੰਟ ਲਈ। ਸਾਰੇ ਅੰਗ ਇੱਕ ਫ੍ਰੈਕਸ਼ਨ ਆਫ ਸੈਕਿੰਡ ਵਾਸਤੇ, ਸਾਰੇ ਅੰਗ, ਬ੍ਰੇਨ, ਐਵਰੀਥਿੰਗ ਜੀ ਜੀ। ਚਲੋ, ਮਿਹਰਬਾਨੀ ਜੀ, ਬੰਦ ਕਰ ਦੇ। ਇਸ ਕਰਕੇ ਕਹਿੰਦੇ, ਇਸ ਕਰਕੇ ਇਹਨੇ ਵਾਹਿਗੁਰੂ ਜਾਂ ਗੋਡ ਬਲੈਸ ਯੂ ਜੀ ਜੀ। ਬਹੁਤ ਮਿਹਰਬਾਨੀ, ਸਾਇੰਟਿਫਿਕ ਰੀਜ਼ਨ ਹੈ ਜੀ। ਜੀ ਬਿਲਕੁਲ, ਬਹੁਤ ਮਿਹਰਬਾਨੀ ਸਨ ਸਭ ਕਾਲਾਂ। ਅਜੇ ਹੋਰ ਵੀ ਕਰ ਰਹੀਆਂ ਨੇ ਫਲੈਸ਼, ਪਰ ਹੋਰ ਕਾਲਾਂ ਹੁਣ ਨਹੀਂ ਲੈ ਹੋਣੀਆਂ, ਕੱਲ੍ਹ ਨੂੰ ਗੱਲਾਂ ਬਾਤਾਂ ਬਾਕੀ ਹੋਰ ਕਿਸੇ ਵਿਸ਼ੇ 'ਤੇ ਕਰਾਂਗੇ। ਇਹ ਬਿਲਕੁਲ ਸਹੀ ਗੱਲ ਹੈ। ਅਤੇ ਬਾਕੀ ਵਹਿਮਾਂ ਭਰਮਾਂ ਦੀ ਅਗਰ ਗੱਲ ਕਰੀਏ, ਤਾਂ ਜੇ ਇਹ ਵਹਿਮ ਹੈ ਵੀ ਬੰਦੇ ਨੂੰ ਹੁਣ, ਵੈਸੇ ਤਾਂ ਦਿਲ ਦੀ ਤਸੱਲੀ ਹੁੰਦੀ ਹੈ ਕਿ ਵਹਿਮ ਭਰਮ ਨਾ ਕਿਸੇ ਨੇ ਖਾਲੀ ਸਵਾਹ ਦੀ ਚੁਟਕੀ ਨਹੀਂ, ਉਹਦਾ ਵਹਿਮ ਜਿਹੜਾ ਦੂਰ ਹੋ ਗਿਆ ਤਾਂ ਉਹਦਾ ਕੋਈ ਹਰਜ ਨਹੀਂ ਹੈਗਾ। ਕੋਈ ਵਹਿਮ ਜਿਹੜਾ ਕਿਸੇ ਵੀ ਤਰੀਕੇ ਜਿਹੜਾ ਦੂਰ ਕੀਤਾ ਜਾ ਸਕਦਾ, ਤਾਂ ਉਹਦਾ ਕੋਈ ਹਰਜ ਮੇਰੇ ਖਿਆਲ ਨਹੀਂ ਹੈਗਾ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ। ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ, ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਸੋਸ਼ਲ ਮੀਡੀਆ ਸਾਰਾ ਹੈਗਾ ਜੀ, ਉੱਥੇ ਵੀ ਸਾਡੀ ਸਾਰੀ ਜਾਣਕਾਰੀ ਹੁੰਦੀ ਹੈ। ਅਸੀਂ ਅੱਜ ਕੱਲ੍ਹ ਪ੍ਰੋਗਰਾਮ ਜਿਹੜੇ ਸੋਸ਼ਲ ਮੀਡੀਆ 'ਤੇ ਵੀ ਨਾਲ ਦੀ ਨਾਲ ਪਾਈਦੇ ਆ, ਅਤੇ ਉਹਨਾਂ 'ਤੇ ਵੀ ਜਾ ਸਕਦੇ ਹੋ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-20-09-450-33-62, ਤਾਂ ਜ਼ਰੂਰ ਕਾਲ ਕਰਕੇ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।